ਟਾਕ ਟਾਈਮ ਦੇ ਵਿੱਚ ਮੈਂ ਮਨਜੂ ਵਾਲੀਆ ਤੁਹਾਡੀ ਹੋਸਟ ਤੁਹਾਡੀ ਦੋਸਤ ਜੱਸ ਪੰਜਾਬੀ ਤੇ ਤਹੇ ਦਿਲ ਨਾਲ ਤੁਹਾਡਾ ਅਭਿਨੰਦਨ ਕਰਦੀ ਆਂ ਔਰ ਇਹ ਸਾਡਾ ਅੱਜ ਪਹਿਲਾ ਸ਼ੋਅ ਹੈਗਾ ਕਹਿੰਦੇ ਨੇ ਕਿ ਗੱਲਾਂ ਕਰਾਂਗੇ ਆਮਨੇ ਸਾਹਮਣੇ ਅਸੀਂ ਗੱਲਾਂ ਕਰਾਂਗੇ ਆਮਨੇ ਸਾਹਮਣੇ ਔਰ ਇਹ ਟਾਕ ਟਾਈਮ ਦੇ ਵਿੱਚ ਤੁਹਾਨੂੰ ਇਸੇ ਤਰ੍ਹਾਂ ਅਸੀਂ ਆਪਣੇ ਜਿਹੜੇ ਸਾਡੇ ਬਹੁਤ ਹੀ ਅچھے ਗੈਸਟ ਹੁੰਦੇ ਨੇ ਉਹਨਾਂ ਨੂੰ ਉਹਨਾਂ ਨਾਲ ਇੰਟਰੋਡਿਊਸ ਕਰਾਵਾਂਗੇ ਉਹਨਾਂ ਦੀ ਕਹਾਣੀ ਸੁਨਿਆ ਕਰਾਂਗੇ ਉਹਨਾਂ ਦੇ ਆਛੀਆਂ-ਛੇ ਗੱਲਾਂ ਸੁਣਾ ਕੇ ਕਰਾਂਗੇ ਜਸ ਪੰਜਾਬੀ ਇੱਕ ਇਹ ਜਿਹਾ ਚੈਨਲ ਹੈਗਾ ਜਿਹੜਾ ਕਿ ਅਮਰੀਕਾ ਦੇ ਵਿੱਚ ਇਕੱਲਾ ਪੰਜਾਬੀ ਚੈਨਲ ਹੈ ਇਸ ਦੇ ਵਿੱਚ ਤੁਸੀਂ ਕਿਸੇ ਵੀ ਚੀਜ਼ ਦੀ ਪ੍ਰੋਮੋਸ਼ਨ ਕਰ ਸਕਦੇ ਹੈਗੇ ਹੋ ਤੁਸੀਂ ਆਪਣੇ ਬਿਜ਼ਨਸ ਨੂੰ ਵਧਾਉਣ ਵਾਸਤੇ ਸਾਨੂੰ ਕਾਲ ਕਰ ਸਕਦੇ ਹੈਗੇ ਹੋ ਮੰਜੂ@justbroadcasting.com ਜਾਂ ਥੱਲੇ ਲਿਖੇ ਨੰਬਰ ਦੇ ਉੱਤੇ ਕੋਈ ਵੀ ਓਕੇਜਨ ਹੋਏ ਤੁਸੀਂ ਅਸੀਂ ਵਰਲਡਵਾਈਡ ਸਾਡਾ ਚੈਨਲ ਚੱਲਦਾ ਹੈਗਾ ਔਰ ਇਹਦੇ ਲਈ ਅਸੀਂ ਤੁਹਾਡੀ ਪ੍ਰੋਮੋਸ਼ਨ ਲਈ ਅਸੀਂ ਦਰਵਾਦਰ ਤਿਆਰ ਆਵਾਂਗੇ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਹੈਗਾ ਕਿ ਗੱਲਾਂ ਕਰਾਂਗੇ ਆਪਣੇ ਸਾਹਮਣੇ ਕਹਿੰਦੇ ਨੇ ਕਿ ਰਹਾ ਬੜੀਆਂ ਨੇ ਰਹਾ ਬਹੁਤ ਨੇ ਤੁਹਾਨੂੰ ਤੁਰੰਤ ਦਾ ਹੌਸਲਾ ਚਾਹੀਦਾ ਹੈਗਾ ਕੰਡਿਆਂ ਦੀ ਫਿਕਰ ਨਾ ਕਰੋ ਦੁਆਵਾਂ ਤੁਹਾਡੇ ਨਾਲ ਚਲਦੀਆਂ ਹੈਗੀਆਂ ਨੇ ਤੋ ਅੱਜ ਇਸ ਪੈਲੇਸ਼ ਸ਼ੋ ਦੇ ਉੱਤੇ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ ਤੇ ਤੁਹਾਨੂੰ ਲੈ ਕੇ ਜਾਂਦੇ ਆ ਅਸੀਂ ਅੱਜ ਅਰਜ਼ੋਨਾ ਦੇ ਵਿੱਚ ਅਰਜ਼ੋਨਾ ਦੇ ਵਿੱਚ ਅਸੀਂ ਤੁਹਾਨੂੰ ਮਿਲਾਵਾਂਗੇ ਡਾਕਟਰ ਸਾਹਿਬ ਨਾਲ ਡਾਕਟਰ ਜਸਵੰਤ ਸਿੰਘ ਸਚਦੇਵਾ ਜੀ ਜਿਨ੍ਹਾਂ ਨੇ ਕਮਿਊਨਿਟੀ ਦੀ ਸੇਵਾ ਲਈ ਤਹੇ ਦਿਲ ਤੋਂ ਆਪਣਾ ਤਨ ਮਨ ਵਾਰਿਆ ਹੋਇਆ ਹੈ ਤੇ ਅੱਜ ਅਸੀਂ ਇਹਨਾਂ ਦੇ ਨਾਲ ਗੱਲਾਂ ਕਰਾਂਗੇ ਇਹਨਾਂ ਦੇ ਬਾਰੇ ਗੱਲਾਂ ਕਰਾਂਗੇ ਕਮਿਊਨਿਟੀ ਸਰਵਿਸ ਦੇ ਬਾਰੇ ਗੱਲ ਕਰਾਂਗੇ ਤੇ ਇਹਨਾਂ ਦੀ ਕਹਾਣੀ ਇਹਨਾਂ ਦੀ ਹੀ ਜਵਾਨੀ ਇਹਨਾਂ ਤੋਂ ਸੁਣਾਗੇ ਤੇ ਮੈਂ ਬੜੇ ਹੀ ਪਿਆਰ ਸਤਿਕਾਰ ਤੇ ਨਾਲ અભినందਨ ਕਰਦੀ ਆ ਡਾਕਟਰ ਜਸਵੰਤ ਸਿੰਘ ਸਚਦੇਵਾ ਜੀ ਦਾ ਰਾਖਾਬ ਸਸਵੀ ਕਾਲ ਤੁਹਾਡਾ ਜਸ ਪੰਜਾਬੀ ਚ ਬਹੁਤ ਬਹੁਤ ਅਸੀਂ અભినందਨ ਕਰਦੇ ਆ ਅ ਸ਼ੁਕਰੀਆ ਤੁਹਾਨੂੰ ਸਾਨੂੰ ਸਾਡੇ ਚੈਨਲ ਨੂੰ ਆਪਣਾ ਟਾਈਮ ਦੇਣ ਵਾਸਤੇ ਥੈਂਕ ਯੂ ਭੈਣ ਜੀ ਥੈਂਕ ਯੂ ਮੈਂ ਤੁਹਾਡਾ ਵੀ ਤੇ ਜਸ ਪੰਜਾਬੀ ਦਾ ਵੀ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਆ ਜਿਨ੍ਹਾਂ ਨੇ ਕਿ ਮੈਨੂੰ ਓਪਰਚੁਨਿਟੀ ਦਿੱਤੀ ਅੱਜ ਕਿ ਤੁਹਾਡੇ ਨਾਲ ਮੈਂ ਰੂਬਰੂ ਹੋ ਸਕਾਂ ਕਿ ਤੁਹਾਡੀ ਆਡੀਅנס ਨਾਲ ਰਲ ਮਿਲ ਕੇ ਗੱਲ ਕਰਕੇ ਕੁਝ ਆਪਣੇ ਵਿਚਾਰ ਤਾਂ ਪੇਸ਼ ਕਰ ਸਕਾਂ ਜੀ ਥੈਂਕ ਯੂ ਜੀ ਡਾਕਟਰ ਸਭ ਤੋਂ ਪਹਿਲਾਂ ਤਾਂ ਸਾਡੇ ਦਰਸ਼ਕਾਂ ਨੂੰ ਤੁਸੀਂ ਇਹ ਦੱਸੋ ਕਿ ਤੁਸੀਂ ਕਿੱਥੋਂ ਤੋਂ ਹੋ ਔਰ ਤੁਹਾਡਾ ਬਚਪਨ ਕਿੱਥੇ ਬੀਤਿਆ ਹਾਂਜੀ ਆ ਮੈਂ ਐਕਚੁਅਲੀ ਆ ਪਾਰਟੀਸ਼ਨ ਤੋਂ ਪਹਿਲਾਂ ਮੇਰਾ ਜਨਮ ਹੋਇਆ ਸੀ ਤੇ ਤਕਰੀਬਨ 2 ਸਾਲ ਦਾ ਸੀਗਾ ਜਦੋਂ ਮੈਂ ਪਾਕਿਸਤਾਨ ਤੋਂ ਹਿੰਦੂਸਤਾਨ ਮੈਨੂੰ ਪੇਰੈਂਟਸ ਦੇ ਨਾਲ ਲਿਆਂਦਾ ਗਿਆ ਇੱਥੇ ਤੇ ਪਟਿਆਲੇ ਵਿੱਚ ਹੀ ਅਸੀਂ ਸੈਟਲ ਹੋਏ ਸੀਗੇ ਕਿਉਂਕਿ ਉੱਥੇ ਰੈਫਿਊਜੀ ਕੈਂਪ ਲੱਗਿਆ ਸੀਗਾ ਤੇ ਆਲੇ ਵਿੱਚ ਹੀ ਫਿਰ ਮੈਂ ਐਜੂਕੇਸ਼ਨ ਲਈ ਹੈ ਜੀ ਪ੍ਰਾਇਮਰੀ ਹਾਈ ਸਕੂਲ ਮਹਿੰਦਰਾ ਕਾਲਜ ਉਸ ਤੋਂ ਬਾਅਦ ਮੈਡੀਕਲ ਕਾਲਜ ਪਟਿਆਲਾ ਫਿਰ ਮੈਡੀਕਲ ਕਾਲਜ ਚ ਮੈਂ ਐਮਬੀਬੀਐਸ ਕਰਕੇ ਉਦੋਂ ਬਾਅਦ ਐਮਡੀ ਕੀਤੀ ਤੇ ਫਿਰ ਉੱਥੇ ਮੈਂ 3 ਸਾਲ ਪੜਾਉਂਦਾ ਰਿਆ ਜੀ ਅੰਟਿਲ ਆਈ ਕੇਮ ਟੂ ਯੂਨਾਈਟਿਡ ਸਟੇਟਸ ਜਿਹੜਾ ਕਿ ਮੈਂ 1972 ਚ ਇੱਥੇ ਅਮਰੀਕਾ ਚ ਆ ਗਿਆ ਸੀਗਾ ਜੀ ਸੋ ਮੇਰਾ ਸਾਰਾ ਬਚਪਨ ਬੇਸਿਕਲੀ ਪਟਿਆਲੇ ਚ ਗੁਜ਼ਰਿਆ ਐਕਸੈਪਟ ਛੇ ਮਹੀਨੇ ਕਿ ਜਦੋਂ ਮੈਂ ਪੀਜੀਆਈ ਪੋਸਟ ਗ੍ਰੈਜੂਏਟ ਇੰਸਟੀਚਿਊਟ ਚ ਛੇ ਮਹੀਨੇ ਵਸਤੇ ਟ੍ਰੇਨਿੰਗ ਲੈਣ ਗਿਆ ਸੀਗਾ ਪਰ ਬਾਕੀ ਦਾ ਸਾਰਾ ਟਾਈਮ ਮੈਂ ਪੜਿਆ ਪੜਾਇਆ ਪੜਿਆ ਲਈ ਹੈ ਬੰਦੇ ਜੀ ਪੰਜਾਬ ਚ ਜੀ ਜੀ ਤੇ ਡਾਕਟਰ ਸਾਹਿਬ ਤੁਹਾਡੇ ਘਰ ਦੇ ਵਿੱਚ ਕੋਈ ਡਾਕਟਰ ਸੀਗਾ ਜਾਂ ਤੁਹਾਡਾ ਕਿਸ ਤਰ੍ਹਾਂ ਤੁਹਾਡਾ ਤੜੇ دل ਚ ਆਇਆ ਕਿ ਮੈਂ ਡਾਕਟਰ ਹੀ ਬੰਨਾ ਹੈਗਾ ਨਹੀਂ ਜੀ ਮੇਰੇ ਘਰ ਤੇ ਪਹਿਲਾਂ ਕੋਈ ਡਾਕਟਰ ਨਹੀਂ ਸੀਗਾ ਪੇਰੈਂਟਸ ਪਾਕਿਸਤਾਨ ਤੋਂ ਆਣ ਕਰਕੇ ਕੋਈ ਉਹਨਾਂ ਦੀ ਫਾਈਨੈਂਸ਼ੀਅਲ ਕੰਡੀਸ਼ਨ ਕੋਈ ਇੰਨੀ ਸਟੇਬਲ ਨਹੀਂ ਸੀਗੀ ਪਰ ਹੋਇਆ ਇਦਾਂ ਕਿ ਉਹਨਾਂ ਨੇ ਇੱਕ ਛੋਟਾ ਜਿਹਾ ਕੰਮ ਮੇਰੇ ਫਾਦਰ ਸਾਹਿਬ ਨੇ ਗਵਰਨਮੈਂਟ ਮੈਡੀਕਲ ਕਾਲਜ ਪਟਿਆਲਾ ਦੇ ਬਾਹਰ ਇੱਕ ਛੋਟੀ ਜੀ ਉਹਨਾਂ ਦੀ ਦੁਕਾਨ ਸੀਗੀ ਤੇ ਉੱਥੇ ਜਦੋਂ ਮੈਂ ਸਕੂਲ ਤੋਂ ਛੁੱਟੀ ਹੋ ਜਾਣੀ ਤੇ ਉਹ ਉੱਥੇ ਚਲਾ ਜਾਂਦਾ ਸੀ ਤੇ ਜਦੋਂ ਦੇਖਦਾ ਸਾਰਿਆਂ ਨੂੰ ਆ ਵਾਈਟ ਜੈਕਟਸ ਪਾਈ ਹੋਈਆਂ ਮੈਡੀਕਲ ਕਾਲਜ ਜਦੋਂ ਨਵਾਂ-ਨਵਾਂ ਹੀ ਖੁੱਲਿਆ ਸੀਗਾ ਕਿ ਮੇਰਾ ਜੀ ਕਰਦਾ ਸੀ ਕਿ ਇੱਕ ਦਿਨ ਮੈਂ ਵੀ ਇਦਾਂ ਹੀ ਡਾਕਟਰ ਬਣ ਸਕਾਂ ਤੇ ਉਹਦੇ ਵਾਸਤੇ ਆਫਕੋਰਸ ਆਈ ਹੈਡ ਟੂ ਵਰਕ ਹਾਰਡ ਆਈ ਵਾਸ ਫੋਰਚੂਨੇਟ ਇਨਫ ਕਿ ਮੈਂ ਪੰਜਾਬ ਯੂਨੀਵਰਸਿਟੀ ਚ ਜਿਹੜਾ 8ਵੀਂ ਦਾ ਸਕੂਲ ਦਾ ਟੈਸਟ ਹੁੰਦਾ ਸੀ ਉਹਦੇ ਵਿੱਚ ਫਰਸਟ ਆਇਆ ਸੀ ਪਟਿਆਲਾ ਡਿਸਟ੍ਰਿਕਟ ਤੇ ਫਿਰ ਜਿਹੜੇ 10ਵੀਂ ਦਾ ਐਗਜ਼ਾਮ ਸੀਗਾ ਉਹਦੇ ਵਿੱਚ ਮੈਥਸ ਸੀਗਾ ਪੰਜਾਬ ਚ ਜੀ ਤੇ ਫਿਰ ਪੰਜਾਬੀ ਯੂਨੀਵਰਸਿਟੀ ਬਣ ਗਈ ਤੇ ਉਹਦੇ ਵਿੱਚ ਵੀ ਪਰਮਾਤਮਾ ਦੀ ਕਿਰਪਾ ਹੋਈ ਮੇਰੇ ਕੋਈ ਫਾਈਨੈਂਸ਼ੀਅਲ ਰਿਸੋਰਸਸ ਹੈ ਨਹੀਂ ਸੀਗੇ ਕਿਉਂਕਿ ਫਾਦਰ ਸਾਹਿਬ ਤਾਂ ਮੇਰੀ ਡੈਥ ਹੋ ਗਈ ਸੀ ਜਦੋਂ ਮੈਂ 8ਵੀਂ ਚ ਪੜਦਾ ਸੀਗਾ ਐਂਡ ਇਟ ਵਾਸ ਮੀ ਐਂਡ ਮਾਈ ਮਦਰ ਸੋ i was getting a lot of support from uh, being a good student and basically i have topped almost every examination i appeared to maine scholarship vagaira batheri mil jande si ke te naal main tuitiona padha lenda si ga during childhood te us karke tuitiona karke te naal is scholarship jede o ikatthe ho jande si sare i was able to get through medical college so it incentive si ga apna hard work karan da ਤੇ ਦੂਜੀ ਸੀਗੀ ਡਿਜ਼ਾਇਰ ਜਦੋਂ ਮੈਂ ਮੈਡੀਕਲ ਸਟੂਡੈਂਟਸ ਨੂੰ ਦੇਖਦਾ ਸੀਗਾ ਚਿੱਟੇ ਕੱਪੜੇ ਪਾਏ ਹੋਏ ਤੇ ਆਈ ਵਾਂਟਿਡ ਥੈਟ ਆਈ ਸ਼ੁੱਡ ਆਲਸੋ ਬਿਕਮ ਅ ਡਾਕਟਰ ਵੀ ਥੈਟਸ ਵੇਅ ਥੈਟਸ ਹਾਊ ਇਟ ਹੈਪਨਡ ਜੀ ਡਾਕਟਰ ਸਾਹਿਬ ਹਰ ਇੱਕ ਬਚਪਨ ਦੇ ਵਿੱਚ ਜਦੋਂ ਵੀ ਆਪਾਂ ਦੇਖਦੇ ਆਂ ਚਿੱਟਾ ਕੋਟ ਪਾਏ ਤਾਂ ਦਿਲ ਕਰਦਾ ਹੈ ਕਿ ਅਸੀਂ ਵੀ ਡਾਕਟਰ ਬਣ ਜਾਈਏ ਔਰ ਉਹ ਸੁਪਨੇ ਕਿਸੇ ਕਿਸੇ ਦੇ ਪੂਰੇ ਹੁੰਦੇ ਆ ਪਰ ਡਾਕਟਰ ਸਾਹਿਬ ਨੇ ਆਪਣੀ ਸਿੱਦਕਤ ਆਪਣੀ ਲਗਨ ਦੇ ਨਾਲ ਉਸ ਸੁਪਨੇ ਨੂੰ ਪੂਰਾ ਕੀਤਾ ਹੈਗਾ ਤੇ ਸੁਪਨੇ ਦੇਖਣਾ ਕੋਈ ਗਲਤ ਨਹੀਂ ਹੈਗਾ ਸੁਪਨੇ ਜੀ ਨੇ ਚਾਹੀਦੇ ਨੇ ਔਰ ਦਿਨ ਦੇ ਵਿੱਚ ਦੇਖਣੇ ਚਾਹੀਦੇ ਸੁੱਤੇ ਨਹੀਂ ਡਾਕਟਰ ਤੁਸੀਂ ਆਪਣੇ ਇਸ profession ਦੇ ਵਿੱਚ ਜਦੋਂ ਤੁਸੀਂ ਆਏ ਡਾਕਟਰ ਤੁਸੀਂ ਕੁਝ ਸਪੈਸ਼ਲਟੀ ਕੀਤੀ ਹੈ ਦੇ ਵਿੱਚ ਆ ਕੇ ਅੱਗੇ ਕਿ ਤੁਸੀਂ ਪ੍ਰਾਇਮਰੀ ਕੇਅਰ ਐਜ਼ ਅ ਪ੍ਰਾਇਮਰੀ ਕੇਅਰ ਡਾਕਟਰ ਹੀ ਹਾਂਜੀ ਹਾਂਜੀ ਮੈਂ ਇੰਡੀਆ ਵਿੱਚ ਪਹਿਲਾਂ ਤਾਂ ਮੈਡੀਸਨ ਦੀ ਐਮਡੀ ਕੀਤੀ ਸੀ ਜਿਸ ਨੂੰ ਕਿ ਐਮਡੀ ਕਹਿੰਦੇ ਐਮਡੀ ਦਾ ਇੱਥੇ ਤਾਂ ਮਤਲਬ ਹੁੰਦਾ ਮੈਡੀਕਲ ਡਾਕਟਰ ਹਾਂਜੀ ਇਹ ਵਿੱਚ ਜਿਹੜੀ ਐਮਡੀ ਦਾ ਲੋਹਜ਼ ਲਿਖਿਆ ਜਾਂਦਾ ਉਹ ਐਮਬੀਬੀਐਸ ਤੋਂ ਬਾਅਦ ਹੁੰਦੀ ਹੈ 14 ਦਾ ਮਤਲਬ ਹੁੰਦਾ ਡਾਕਟਰ ਆਫ ਮੈਡੀਸਨ ਜਿਹਨੇ ਸਪੈਸ਼ਲਾਈਜ਼ਡ ਟ੍ਰੇਨਿੰਗ ਕੀਤੀ ਹੋਵੇ ਇੰਟਰਨਲ ਮੈਡੀਸਨ ਦੀ ਪਰ ਜਦੋਂ ਫਿਰ ਮੈਂ ਇੱਥੇ ਆਇਆ ਤੇ ਮੈਂ ਐਮਡੀ ਆਲਰੇਡੀ ਕੀਤੀ ਹੋਈ ਸੀ ਤੇ ਉਦੋਂ ਮੇਰੀ ਡਿਜ਼ਾਇਰ ਸੀਗੀ ਕਿ ਮੈਂ ਵਾਪਸ ਜਾ ਕੇ ਉੱਥੇ ਉਹ ਸਪੈਸ਼ਲਾਈਜ਼ੇਸ਼ਨ ਕਰਕੇ ਤੇ ਜਾਵਾਂ ਜਿਹੜੀ ਕਿ ਪੰਜਾਬ 'ਚ ਹੈ ਨਹੀਂ ਸੀ ਤੇ ਉਦੋਂ ਪੰਜਾਬ 'ਚ ਹਾਲੇ ਨਿਊਰੋਲੋਜਿਸਟ ਨਹੀਂ ਸੀਗੇ 2-3 ਹੀ ਹੋਣੇ ਸੀ ਜੀ ਆਈ 'ਚ ਤੇ ਸਾਡੇ ਪਟਿਆਲਾ ਮੈਡੀਕਲ ਕਾਲਜ ਵੀ ਨਹੀਂ ਸੀਗਾ ਤੇ ਅੰਮ੍ਰਿਤਸਰ ਮੈਡੀਕਲ ਕਾਲਜ ਵੀ ਉਦੋਂ ਤੇ ਤਿੰਨੇ ਕਾਲਜ ਹੁੰਦੀ ਅਸੀਂ ਪਟਿਆਲਾ ਅੰਮ੍ਰਿਤਸਰ ਤੇ ਇੱਕ ਕ੍ਰਿਸਚੀਅਨ ਮੈਡੀਕਲ ਕਾਲਜ ਲੁਧਿਆਣੇ ਤੇ ਤਿੰਨਾਂ ਕਾਲਜਾਂ ਚ ਕੋਈ ਨਿਊਰੋਲੋਜਿਸਟ ਹੈ ਨਹੀਂ ਸੀਗਾ ਸੋ ਆਈ ਡਿਸਾਈਡਿਡ ਕਿ ਮੈਂ ਨਿਊਰੋਲੋਜੀ ਰੀਟ੍ਰੇਨਿੰਗ ਲੈਣੀ ਹੈ ਤੇ ਇੱਥੇ ਫਿਰ ਮੈਂ ਚਾਰ ਸਾਲ ਨਿਊਯਾਰਕ ਹੋਰ ਲਾ ਕੇ ਨਿਊਯਾਰਕ ਮੈਡੀਕਲ ਕਾਲਜ ਤੋਂ ਐਮ ਡੀ ਕੀਤੀ ਜੀ ਬੋਰਡ ਪਾਸ ਕੀਤਾ ਨਿਊਰੋਲੋਜੀ ਦਾ ਸੋ ਆਈ ਐਮ ਅ ਨਿਊਰੋਲੋਜਿਸਟ ਬੇਸਿਕਲੀ ਇੰਟਰਨਿਸਟ ਐਸ ਵੈਲ ਐਸ ਨਿਊਰੋਲੋਜਿਸਟ ਨਿਊਰੋਲੋਜਿਸਟ ਦਾ ਪੰਜਾਬੀ ਦੇ ਵਿੱਚ ਮਤਲਬ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋਗੇ इंडिया ਵਿੱਚ ਨਿਊਰੋਲੋਜਿਸ ਨੂੰ ਨਿਊਰੋਫਿਜ਼ੀਸ਼ੀਅਨ ਕਹਿੰਦੇ ਆ ਹਾਂਜੀ ਇਹਦਾ ਮਤਲਬ ਇਹ ਹੁੰਦਾ ਹੈ ਬੇਸਿਕਲੀ ਸਪੈਸ਼ਲਾਈਜ਼ੇਸ਼ਨ ਜਿਹੜੀ ਕਿ ਬ੍ਰੇਨ ਡਿਜ਼ੀਜ਼ਸ ਨਹੀਂ ਆ ਗਿਆ ਜਿਵੇਂ ਸਟ੍ਰੋਕ ਹੈਡੇਕ ਮਾਈਗਰੇਨ ਐਪੀਲੈਪਸੀ ਬ੍ਰੇਨ ਟਿਊਮਰ ਇਦਾਂ ਦੀਆਂ ਜਿਹੜੀਆਂ ਡਿਜ਼ੀਜ਼ਸ ਹੈਗੀਆਂ ਉਹਨਾਂ ਨੂੰ ਟਰੀਟ ਕਰਨਾ ਜਾਂ ਜਿਵੇਂ ਸਪਾਈਨਲ ਕਾਰਡ ਦੀਆਂ ਡਿਜ਼ੀਜ਼ਸ ਹੁੰਦੀਆਂ ਜਿਵੇਂ ਪੈਰੀਫਰਲ ਨਿਊਰੋਪੈਥੀ ਤੇ ਮਸਲ ਡਿਜ਼ੀਜ਼ਸ those kind of things are what uh, basically is meant uh, by a neurologist neurologist हां जी ਤੇ ਤੁਸੀਂ ਡਾਕਟਰ ਸਾਹਿਬ ਫਿਨਿਕਸ ਦੇ ਵਿੱਚ ਕਦੋਂ ਆਏ ਇੱਥੇ ਹਾਂ ਜੀ ਤੇ ਮੈਂ ਐਕਚੁਅਲੀ ਅਮਰੀਕਾ ਇਤੇ ਆ ਗਿਆ ਸੀਗਾ 1972 ਚ ਕਿ <coughs> 4 ਸਾਲ ਫਿਰ ਮੈਂ ਉੱਥੇ ਟ੍ਰੇਨਿੰਗ ਲਈ ਹੈ ਨਿਊਰੋਲੋਜੀ ਦੀ 1 ਸਾਲ ਪਹਿਲਾਂ ਜਨਰਲ ਟ੍ਰੇਨਿੰਗ ਹੁੰਦੀ ਹੈ ਮੈਡੀਸਨ ਦੀ ਉਦੋਂ ਬਾਅਦ 3 ਸਾਲ ਨਿਊਰੋਲੋਜੀ ਦੀ ਤੇ ਮੈਂ ਫਿਰ ਫੀਨਿਕਸ ਆ ਗਿਆ ਸੀਗਾ 76 1976 ਤੇ ਐਵਰ ਸਿンス ਆਈ ਹੈਵ ਬੀਨ ਇਨ ਫੀਨਿਕਸ ਬਿਕਾਜ਼ ਆਈ ਲਾਈਕ ਦ ਵੈਦਰ ਤੇ ਨਵੀਂ ਨਵੀਂ ਆਪਣੇ ਲੋਗ ਇੱਥੇ ਸੀਗੇ ਉਦੋਂ ਵਾਲੇ ਮੇਰੇ ਖਿਆਲ ਸਾਰੇ ਇੰਡੀਅਨ ਕਮਿਊਨਿਟੀ ਦੇ ਆਈ ਐਮ ਨਾਟ ਮਿਸਟੇਕਨ ਪ੍ਰੋਬਬਲੀ ਨਾਟ ਮੋਰ ਦਨ 100 150 ਫੈਮਿਲੀਜ਼ ਹੋਣੀਆਂ ਉੱਥੇ ਕਿਉਂਕਿ ਟੋਟਲ ਪੋਪੂਲੇਸ਼ਨ ਜਦੋਂ ਮੈਂ ਆਇਆ ਫੀਨਿਕਸ ਮੈਟਰੋ ਦੀ 6 ਲੱਖ ਸੀਗੀ ਉਦੋਂ ਹਾਂਜੀ ਤੇ ਜਿਹੜੀਆਂ ਸਿੱਖ ਕਮਿਊਨਿਟੀ ਸੀਗੀਆਂ ਉਹ ਕੋਈ ਸਿੱਖ ਕਮਿਊਨਿਟੀ ਦੇ ਜਾਂ ਸਿੱਖ ਜਿਹੜੇ ਆਪਣੇ ਫੈਮਿਲੀ ਸੀਗੀਆਂ ਕੋਈ 15 ਜਾਂ 20 ਦੇ ਕਰੀਬ ਹੋਣੀਆਂ ਉਦੋਂ ਭਾਂਜੀ ਜਦੋਂ ਮੈਂ ਆਇਆ ਫੀਨਿਕਸ 1976 ਤੇ ਫਿਰ ਇੱਥੇ ਆਈ ਐਸਟੈਬਲਿਸ਼ ਮਾਈਸੈਲਫ ਮੈਂ ਹਮੇਸ਼ਾ ਹੀ ਸਰਕਾਰੀ ਨੌਕਰੀ ਕੀਤੀ ਹੈ ਫੈਡਰਲ ਗਵਰਨਮੈਂਟ ਦੀ ਆਈ ਹੈਵ ਬੀਨ ਵਰਕਿੰਗ ਫਾਰ ਦੀ ਫੈਡਰਲ ਗਵਰਨਮੈਂਟ ਸਿንስ ਆਈ ਕੇਮ ਹੇਅਰ and in fact uh, that's where i retired from basically yes as a neurologist ji ਡਾਕਟਰ ਸਾਹਿਬ ਜਦੋਂ ਤੁਸੀਂ ਦੱਸਿਆ ਕਿ ਜਦੋਂ ਤੁਸੀਂ ਫੀਨਿਕਸ ਦੇ ਵਿੱਚ ਆਏ ਤੇ ਇੱਥੇ ਸਿਰਫ ਥੋੜੀਆਂ ਜਿਹੀਆਂ ਹੀ ਫੈਮਿਲੀ ਸੀਗੀਆਂ ਸੀਗੀਆਂ ਤਾਂ ਕੀ ਤੁਸੀਂ ਸਟਾਰਟ ਕੀਤਾ ਸਟਾਰਟਿੰਗ ਦੇ ਵਿੱਚ ਵੀ ਕਿੱਦਾਂ ਆਪਾਂ ਗੈਟ ਟੂਗੇਦਰ ਹੋਈਏ ਕਿੱਦਾਂ ਆਪਾਂ ਸਾਰੇ ਇਕੱਠੇ ਹੋਈਏ ਇਹਦੇ ਲਈ ਕੋਈ ਤੁਸੀਂ ਉਪਰਾਲਾ ਕੀਤਾ ਮੈਨੂੰ ਕਿਸੇ ਨੇ ਦੱਸਿਆ ਸੀਗਾ ਕਿ ਤੁਸੀਂ ਤਬਲਾ ਬੜਾ ਸੁਣਾ ਬਚਾਨੇ ਹੋ। ਕੀ ਹਰਮੋਨੀ ਆ? ਹਾਂਜੀ ਹਾਂਜੀ ਹਾਂਜੀ। ਅੱਛਾ ਉਹ ਇਦਾਂ ਸੀਗਾ ਭੈਣ ਜੀ ਕਿ ਜਦੋਂ ਮੈਂ ਇੱਥੇ ਆਇਆ ਤੇ ਉਹ ਤੋਂ 1 ਸਾਲ ਪਹਿਲਾਂ ਹੀ ਮੇਰੇ ਕੁਝ ਜਿਹੜੇ ਪਹਿਲਾਂ ਦੇ ਇੱਥੇ ਰਹਿੰਦੇ ਸੀਗੇ ਬੰਦੇ ਉਹਨਾਂ ਨੇ ਇੰਡੀਆ ਐਸੋਸੀਏਸ਼ਨ ਆਫ ਫੀਨਿਕਸ ਦੀ ਬਣਾਉਣ ਦੀ ਸੋਚ ਰਏ ਸੀਗੇ। ਹਾਂ ਸੋ ਆਈ ਵਾਸ ਮਤਲਬ 2 ਸਾਲ ਹੋਏ ਸੀਗੇ ਡਾਕਟਰ ਹਰਜੀਤ ਸਿੰਘ ਪਹਿਲਾਂ ਰਹਿੰਦੇ ਆ ਇੱਥੇ ਇੱਕ ਤੇ ਇੱਕ ਵਿਜੇ ਬਰਾੜ ਹੈ ਇੱਥੇ ਉਹ ਜਿਹੜੇ ਪੁਰਾਣੇ ਜਿਨ੍ਹਾਂ ਨੇ ਇਹਦਾ ਕਨਸਟੀਟਿਊਸ਼ਨ ਲਿਖ ਕੇ ਇੰਡੀਆ ਐਸੋਸੀਏਸ਼ਨ ਆਫ ਫੀਨਿਕਸ ਸ਼ੁਰੂ ਕੀਤੀ ਸੀਗੀ ਤੇ ਫਿਰ ਵੈਨ ਆਈ ਕੇਮ ਹੇਅਰ ਉਹਨੂੰ ਹਲੇ ਸਾਲ 2 ਸਾਲ ਹੀ ਹੋਏ ਸੀ ਬਣੇ ਹੋਏ ਨੂੰ ਸੋ ਵੀ ਬੀਕਮ ਐਕਟਿਵ ਇਨ ਇੰਡੀਆ ਐਸੋਸੀਏਸ਼ਨ ਆਫ ਯੂਨਿਟਸ ਇਨ ਫੈਕਟ ਮਾਈ ਵਾਈਫ ਵਾਸ ਦੀ ਬੋਰਡ ਮੈਂਬਰ ਐਟ ਵਨ ਟਾਈਮ ਸ਼ੁਰੂ ਸ਼ੁਰੂ ਸੈਮੇਟਿਕਸ ਤੇ ਇੰਡੀਆ ਐਸੋਸੀਏਸ਼ਨ ਦੇ ਜਿਹੜੇ ਪ੍ਰੋਗਰਾਮ ਹੋਣੇ ਰਿਪਬਲਿਕ ਦੇ ਮਨਾਣਾ ਜਾਂ ਹੋਰ ਇਦਾਂ ਉਹ ਵੀ ਵਰ ਐਕਚੁਅਲੀ ਇਨਵੋਲਡ ਐਟ दैट ਟਾਈਮ ਤੇ ਇੱਥੇ ਭੰਜੀ ਗੁਰਦੁਆਰਾ ਕੋਈ ਨਹੀਂ ਸੀਗਾ ਐਂਡ ਯੂ نو ਵੇਰ ਐਵਰ देयर ਅ ਸਿੱਖ ਕਮਿਊਨਿਟੀ ਦੇ ਵੁੱਡ ਵਾਂਟ ਟੂ ਹੈਵ ਸਮਥਿੰਗ ਸਰਦਾਰ ਦਰਸ਼ਨ ਸਿੰਘ ਤੇਜੀ ਕਿੱਥੇ ਬਜ਼ੁਰਗ ਰਹਿੰਦੇ ਸੀਗੇ ਤੇ ਉਹਨਾਂ ਨੇ ਆਪਣੇ ਘਰ ਬਾਬਾ ਜੀ ਦਾ ਪ੍ਰਕਾਸ਼ ਕੀਤਾ ਹੋਇਆ ਸੀਗਾ ਸੋ ਵੀ ਯੂਸ ਟੂ ਮੀਟ ਵਾਂਸ ਅ ਮੰਥ ਐਟ ਹਿਸ ਹਾਊਸ ਤੇ ਉਹ ਬਾਬਾ ਜੀ ਦਾ ਪ੍ਰਕਾਸ਼ ਵੀ ਕਰ ਲੈਂਦੇ ਸੀਗੇ ਬਾਣੀ ਵੀ ਪੜ ਲੈਂਦੇ ਸੀ ਹੁਕਮ ਵੀ ਲੈ ਲੈਂਦੇ ਸੀ ਅਰਦਾਸ ਵੀ ਕਰ ਲੈਂਦੇ ਸੀਗੇ ਤੇ ਪਰ ਕੀਰਤਨ ਕਰਨ ਵਾਲਾ ਕੋਈ ਨਹੀਂ ਸੀਗਾ ਜਦੋਂ ਅਸੀਂ ਮੈਨੇ ਬਾਦ ਕਿੱਥੇ ਹੁੰਦੇ ਸੀਗੇ ਤੇ ਫਿਰ ਮੈਂ ਜੋੜੀ ਮੈਨੂੰ ਆਉਂਦੀ ਸੀ ਪਹਿਲਾਂ ਹੀ ਮੈਂ ਪ੍ਰੈਕਟਿਸ ਕਰਦਾ ਹੁੰਦਾ ਸੀਗਾ ਤੇ ਉਹ ਸ਼ਬਦ ਗਾ ਲੈਂਦੇ ਸੀ ਫਿਰ ਇੱਥੇ ਡਾਕਟਰ ਚਾਹੋਲਾ ਇੱਕ ਹੋਰ ਹੁੰਦੇ ਸੀ ਉਹਨਾਂ ਦੇ ਮਿਸਿਸ ਸ਼ਬਦ ਗਾ ਲੈਂਦੇ ਸੀ ਕਦੇ-ਕਦੇ ਫਿਰ ਹੌਲੀ-ਹੌਲੀ ਜਦੋਂ ਆਪਣੀ ਕਮਿਊਨਿਟੀ ਵਧਣ ਲੱਗ ਗਈ ਤੇ ਫਿਰ ਇਦਾਂ ਹੋਇਆ ਭੈਣ ਜੀ ਕਿ ਇੱਥੇ ਨਾ ਫੀਨਿਕਸ ਦੇ ਵਿੱਚ ਅਮਰੀਕਨ ਸਿੱਖਾਂ ਨੇ 78 ਦੇ ਵਿੱਚ ਇੱਕ ਜ਼ਮੀਨ ਲੈ ਕੇ ਦੇ ਗੁਰਦੁਆਰਾ ਖਰੀਦ ਲਿਆ ਪਹਿਲਾਂ ਉਹ ਆਪਣੇ ਘਰੀ ਘਰੀ ਕਰੀ ਕਰਦੇ ਸੀਗੇ ਤੇ ਉਹਨਾਂ ਨਾਲ ਗੱਲਬਾਤ ਕੀਤੀ ਤੇ ਉਹ ਕਹਿੰਦੇ ਵੀ ਸਾਡੇ ਕੋਲ ਰਿਸੋਰਸਸ ਨਹੀਂ ਹੈਗੇ ਕਿ ਜੇਕਰ ਤੁਸੀਂ ਆਪਣੀ ਪੰਜਾਬੀ ਕਮਿਊਨਿਟੀ ਤੁਸੀਂ ਇੱਥੇ ਆ ਜਾਇਆ ਕਰੋ ਕਿਉਂਕਿ ਅਸੀਂ ਉਹ ਤੋਂ ਪਹਿਲਾਂ ਪਹਿਲਾਂ ਤਾਂ ਘਰੀ ਘਰੀ ਕਰਦੇ ਸੀ ਮਹੀਨੇ 'ਚ ਇੱਕ ਵਾਰੀ ਫਿਰ ਅਸੀਂ ਨਾ ਉਹ ਰੈਂਟ ਕਰ ਲੈਂਦੇ ਸੀਗੇ ਹਾਲਸ ਤੇ ਇੱਥੇ ਇੱਕ ਬੈਂਕ ਹੁੰਦਾ ਸੀਗਾ ਫਰਸਟ ਫੈਡਰਲ ਬੈਂਕ ਉਹਨਾਂ ਨਾਲ ਗੱਲ ਕੀਤੀ ਉਹਨਾਂ ਦਾ ਬੜਾ ਸੋਹਣਾ ਡਾਊਨਟਾਊਨ ਚ ਇੱਕ ਹਾਈ ਰਾਈਜ਼ ਹੈਗਾ ਜਿੱਥੇ ਕਿ ਪਾਰਕ ਸੈਂਟਰ ਲੋ ਦੇ ਸਾਹਮਣੇ ਤੇ ਉਹਨਾਂ ਦੇ ਨਾਲ 35th ਫਲੋਰ ਹੈ ਇਫ ਆਈ ਐਮ ਨਾਟ ਮਿਸਟੇਕਨ ਬੜਾ ਸੋਹਣਾ ਉਹਨਾਂ ਦਾ ਹਾਲ ਹੁੰਦਾ ਸੀਗਾ ਤੇ ਉਹਨਾਂ ਨੇ ਸਾਨੂੰ ਕਿਹਾ ਕਿ ਜੇ ਤੁਸੀਂ ਚਾਰ ਜਾਂ ਪੰਜ ਫੈਮਿਲੀਆਂ ਰਲ ਕੇ 5-5000 ਡਾਲਰ ਸੇਵਿੰਗ ਅਕਾਊਂਟ ਚ ਪਾ ਦਿਓ ਤਾਂ ਤੁਹਾਨੂੰ ਸਾਰਾ ਸਾਲ ਅਸੀਂ ਮਹੀਨੇ ਚ ਇੱਕ ਵਾਰੀ ਇਹ ਹਾਲ ਦੇ ਦਿਆ ਕਰਾਂਗੇ ਸੋ ਫਾਰ 1 অর 2 ইয়ারਜ਼ ਵੀ ਕੈਪਟਨ ਗੋਇੰਗ देयर ਵਾਂਸ ਅ ਮੰਥ ਬੜਾ ਸੋਹਣਾ 29th ਫਲੋਰ ਤੇ ਆ 35th ਆਈ ਡੋਨਟ ਰਿਮੈਂਬਰ ਉੱਥੇ ਉੱਥੇ ਅਸੀਂ ਗੁਰਦੁਆਰਾ ਕਰਦੇ ਸੀ ਤੇਜੀ ਸਾਹਿਬ ਲੈ ਜਾਂਦੇ ਸੀ ਕਿ ਬਾਬਾ ਜੀ ਦਾ ਪ੍ਰਕਾਸ਼ ਤੇ ਮੈਂ ਤਬਲਾ ਇੱਕ ਹੋਰ ਬੰਦਾ ਸੀ ਕੋ ਨੂੰ ਵਾਜਾ ਵਜਾਉਣਾ ਆਉਂਦਾ ਸੀਗਾ ਤੇ ਬਾਕੀ ਪਰਿਵਾਰ ਚ ਆਪਾਂ ਡਿਸਟ੍ਰਿਬਿਊਟ ਕਰ ਲੈਂਦੇ ਸੀ ਵੀ ਤੁਸੀਂ ਰੋਟੀਆਂ ਬਣਾ ਕੇ ਲਿਆਉਣੀ ਆ ਲੰਗਰ ਵਾਸਤੇ ਤੁਸੀਂ ਸੋ ਇਦਾਂ ਕਰਕੇ ਵੀ ਰਹਿਨ दैट ਪਲੇਸ ਫਾਰ ਅਬਾਊਟ 4-5 ইয়ার্স ਤੇ ਦੈਨ ਵੀ ਸਟਾਰਟਡ ਗੋਇੰਗ ਮੀਟਿੰਗ ਵਿਦ ðiਸ ਅਮਰੀਕਨ ਸਿੱਖ ਸੋ ਕਾਲਡ ਅਮਰੀਕਨ ਸਿੱਖ ਯੋਗੀ ਦੇ ਜਿਹੜੇ ਬਣਾਏ ਹੋਏ ਸੀਗੇ ਤੇ ਉਹਨਾਂ ਨਾਲ ਗੱਲ ਹੋਈ ਤੇ ਉਹਨਾਂ ਨੇ ਨਵਾਂ-ਨਵਾਂ ਹੀ ਲਿਆ ਸੀਗਾ ਇਹ ਗੁਰਦੁਆਰਾ ਸਾਹਿਬ ਤੇ ਉਹ ਕਹਿੰਦੇ ਵੀ ਸਾਡੇ ਕੋਲੇ ਰਿਸੋਰਸਸ ਨਹੀਂ ਹੈਗੇ ਤੇ ਤੁਸੀਂ ਬੇਸ਼ੱਕ ਇੱਥੇ ਕਰ ਲਿਆ ਕਰੋ ਸੋ ਵਾਂਸ ਅ ਮੰਥ ਵੀ 스타ਟਡ ਡੂਇੰਗ ਕੀਰਤਨ देयर ਵੀ 스타ਟਡ ਡੂਇੰਗ ਆਰ ਵੇਜ਼ ਕਿਉਂਕਿ ਉਹਨਾਂ ਨੂੰ ਲੰਗਰ ਵਗੈਰਾ ਤਾਂ ਬਣਾਉਣਾ ਨਹੀਂ ਸੀ ਆਉਂਦਾ ਤੇ ਉਹ ਜਿਹੜਾ ਚੜਾਵਾ ਸੀਗਾ ਉੱਥੇ ਛੱਡ ਆਉਂਦੇ ਸੀਗੇ 150 ਜਿਹੜਾ 100 ਡਾਲਰ ਹੁੰਦੇ ਸੀਗੇ ਹੌਲੀ-ਹੌਲੀ ਫਿਰ ਉਹਨਾਂ ਨੇ ਕਿਹਾ ਵੀ ਤੁਸੀਂ ਤਾਂ ਕੀਰਤਨ ਵੀ ਕਰ ਲੈਂਦੇ ਹੋ ਸਾਰੇ ਲੋਕ ਕਰ ਲੈਂਦੇ ਹੋ ਤੇ ਵਾਈ ਨਾਟ ਯੂ ਸਟੇ ਐਟ ਦਿਸ ਗੁਰਦੁਆਰਾ ਐਵਰੀ ਸੰਡੇ ਤੋ ਉਦਾਂ ਕਰਕੇ ਭੈਣ ਜੀ ਫਿਰ ਉੱਥੇ ਉਸ ਗੁਰਦੁਆਰੇ ਨਾਲ ਸਾਰੇ ਜਾਣ ਲੱਗ ਗਏ ਤੇ ਅਸੀਂ ਜਿਹੜੀ ਆਪਣੀ ਫੀਨਿਕਸ ਜੀ ਆਰਗੇਨਾਈਜੇਸ਼ਨ ਬਣਾਈ ਹੋਈ ਸੀ ਸਿੱਖ ਦੇਲਜੀ ਸੋਸਾਇਟੀ ਉਹ ਨੂੰ ਉਹਦੇ ਨਾਲ ਮਰਜ ਕਰ ਲਿਆ ਤੇ ਇਦਾਂ ਫਿਰ ਜਿਹੜਾ ਅਮਰੀਕਨ ਸਿਕੂ ਬਾਰੇ ਉਹ ਚੱਲਣ ਲੱਗ ਗਿਆ ਪੰਜੀ ਜਿਸ ਤਰ੍ਹਾਂ ਕੀ ਤੁਸੀਂ ਦੇਖ ਰਹੇ ਹੋ ਅਸੀਂ ਜੁੜੇ ਹੋਏ ਹਾਂ ਡਾਕਟਰ ਜਸਵੰਤ ਸਿੰਘ ਸਚਦੇਵਾ ਜੀ ਨਾਲ ਅਰਜੋਨਾ ਤੋਂ ਜਿਹੜੇ ਕੀ ਇੱਕੇ ਬਹੁਤ ਹੀ ਨਿਹਾਇਤ ਅچھے ਇਨਸਾਨ ਹਨ ਤੇ ਨਾਲੇ ਸੋਸ਼ਲ ਸੇਵਾ ਇਹਨਾਂ ਨੇ ਬਹੁਤ ਕਰਦੇ ਨੇ ਕਿਸੇ ਵੀ ਜਗ੍ਹਾ ਤੇ ਅਗਰ ਕੋਈ ਵੀ ਕੰਮ ਹੋਏ ਸਭ ਤੋਂ ਪਹਿਲਾਂ ਖੜੇ ਹੁੰਦੇ ਨੇ ਔਰ ਇਸੇ ਤਰ੍ਹਾਂ ਅਸੀਂ ਇਸ ਗੱਲਾਂ ਦਾ ਸਿਲਸਿਲਾ ਜਾਰੀ ਰੱਖਾਂਗੇ ਔਰ ਗੱਲਾਂ ਕਰਾਂਗੇ ਆਪਨੇ ਸਾਹਮਣੇ ਤੁਸੀਂ ਕਿਧਰੇ ਜਾਈਓ ਨਾ ਲੰਦੇ ਆ ਇੱਕ ਛੋਟਾ ਜਿਹਾ ਬ੍ਰੇਕ ਔਰ ਬ੍ਰੇਕ ਤੋਂ ਬਾਅਦ ਮਿਲਦੇ ਆ ਟੌਕ ਟਾਈਮ ਦੇ ਦੇ ਵਿੱਚ ਅਸੀਂ ਤੁਹਾਡਾ ਬ੍ਰੇਕ ਤੋਂ ਬਾਅਦ ਸਵਾਗਤ ਕਰਦੇ ਹਾਂ ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਕਿ ਅਸੀਂ ਗੱਲਾਂ ਕਰ ਰਹੇ ਹਾਂ ਡਾਕਟਰ ਜਸਵੰਤ ਸਿੰਘ ਸਚਦੇਵਾ ਜੀ ਨਾਲ ਅਰਜੁਨਾ ਤੋਂ ਔਰ ਅਰਜੁਨਾ ਦੇ ਪਾਸ਼ਿੰਦੇ ਨੇ ਔਰ ਕਾਫੀ ਅਰਸੇ ਤੋਂ ਇੱਥੇ ਨੇ ਡਾਕਟਰ ਤੁਹਾਡਾ ਰੋਲ ਸਿੱਖ ਕਮਿਊਨਿਟੀ ਦੇ ਵਿੱਚ ਇਦੇ ਬਾਰੇ ਤੁਸੀਂ ਕੁਝ ਦੱਸਣਾ ਚਾਹੋਗੇ ਜਿਵੇਂ ਕਿ 911 ਚ ਇੱਕ ਬਹੁਤ ਹੀ ਮਾੜੀ ਘਟਨਾ ਹੋਈ ਸੀ ਜਿਹਦੇ ਵਿੱਚ ਸਾਡੇ ਇੱਕ ਸਿੱਖ ਭਰਾ ਨੂੰ ਮਾਰ ਦਿੱਤਾ ਗਿਆ ਸੀਗਾ ਤੇ ਉਸ ਤੋਂ ਬਾਅਦ ਤੁਸੀਂ ਸਿੱਖਾਂ ਦੀ ਅਵੇਰਨੈਸ ਵਾਸਤੇ ਤੁਹਾਡਾ ਕੀ ਰੋਲ ਮਾਡਲ ਰੋਲ ਮਾਡਲੋਂ ਤੁਸੀਂ ਸਿੱਖ ਕਮਿਊਨਿਟੀ ਦੇ ਵਿੱਚ ਸਾਡੇ ਦਰਸ਼ਕਾਂ ਨੂੰ ਦੱਸਣਾ ਚਾਹੋਗੇ ਹਾਂਜੀ ਹਾਂਜੀ ਮੰਜੂ ਜੀ ਇਹ ਬੜਾ ਅਨਫੋਰਚੂਨੇਟ ਸਿਚੁਏਸ਼ਨ ਸੀ 19 2001 911 ਤੋਂ ਬਾਅਦ ਐਗਜੈਕਟਲੀ ਚਾਰ ਦਿਨ ਬਾਅਦ 911 11 ਤਰੀਕ ਨੂੰ ਹੋਇਆ ਸੀ ਸਤੰਬਰ ਨੂੰ ਤੇ 15 ਤਰੀਕ ਨੂੰ ਇੱਥੇ ਇੱਕ ਪਰਿਵਾਰ ਰਹਿੰਦਾ ਸੀਗਾ ਤੇ ਉਹਨਾਂ ਦੇ ਸਭ ਤੋਂ ਜਿਹੜੇ ਵੱਡੇ ਬ੍ਰਦਰ ਸੀਗੇ ਸਰਦਾਰ ਬਲਬੀਰ ਸਿੰਘ ਸੋਢੀ ਉਹ ਮੀਸਾ ਅਰੀਜ਼ੋਨਾ ਦੇ ਵਿੱਚ ਆਪਣੇ ਬਾਰ ਖੜੇ ਹੋਏ ਸੀਗੇ ਆਪਣੀ ਜਿਹੜੀ ਉਹਨਾਂ ਦਾ ਗੈਸ ਸਟੇਸ਼ਨ ਸੀਗਾ ਜਦੋਂ ਕਿ ਇੱਕ ਲੰਗਦਾ ਹੋਇਆ ਬੰਦਾ ਉਹਦੇ ਉਹਨੂੰ ਉਹਦੀ ਬੈਗ ਤੋਂ ਸ਼ੂਟ ਕਰ ਦਿੱਤਾ ਤੇ ਨਾਲ ਕਿਹਾ ਕਿ ਯੂ ਟੈਰੋਰਿਸਟ ਗੋ ਬੈਕ ਹੋਮ ਅ ਦਿਨ ਦਾ ਟਾਈਮ ਸੀਗਾ ਬਹੁਤ ਪੇਨਫੁਲ ਸਿਚੁਏਸ਼ਨ ਹੋਈ ਉਸ ਦਿਨ ਮੈਂ ਐਕਚੁਅਲੀ ਆਈ ਵਾਸ ਡਰਾਈਵਿੰਗ ਫਰਮ ਵਾਸ਼ਿੰਗਟਨ ਡੀਸੀ ਟੂ ਨਿਊਯਾਰਕ ਟੂ ਵਿਜ਼ਿਟ ਕਰ ਗਿਆ ਸੀ ਕਿ ਕੋਈ ਸ਼ਾਦੀ ਸੀਗੀ ਨਿਊਯਾਰਕ ਚ ਤੇ ਆਈ ਫਾਊਂਡ ਆਊਟ ਵਾਈਲ ਆਈ ਵਾਸ ਆਨ ਰਾਊਟ ਤੇ ਉੱਥੇ ਜਾ ਕੇ ਫਿਰ ਫੈਮਿਲੀ ਨਾਲ ਗੱਲ ਹੋਈ ਤੇ ਮੈਂ ਫਿਰ ਆਲਮੋਸਟ ਅਨੈਕਸ ਡੇ ਉਮ ਵਾਪਸ ਫਲਾਈ ਕਰਕੇ ਇੱਥੇ ਆ ਗਿਆ ਕਿਉਂਕਿ ਆਈ ਫੈਲਟ ਦਟ ਕਮਿਊਨਿਟੀ ਵਿਲ ਨੀਡ ਸਮ ਹੈਲਪ ਹਿਅਰ ਉਦੋਂ ਇੱਕੋ ਹੀ ਗੁਰਦੁਆਰਾ ਹੁੰਦਾ ਸੀ ਸਾਡੇ ਕੋਲੇ ਗੁਰੂ ਨਾਨਕ ਦੁਆਰਾ ਤੇ ਆਪਣੇ ਗੁਰੂ ਕਿਰਨ ਕੋਰ ਤੇ ਉਹਦੇ ਹਸਬੰਡ ਸਟਾਰ ਜੋਦਾ ਸਿੰਘ ਨੇ ਤੇ ਉਦੋਂ ਗੁਰੂ ਰੂਪ ਬੜੀ ਐਕਟਿਵ ਹੁੰਦੀ ਸੀਗੀ ਗੁਰੂ ਕੋਰ ਉਹਨੇ ਹਿੰਮਤ ਕਰਕੇ ਸਾਰਾ ਕੁਝ ਮੀਟਿੰਗ ਮੂਟਿੰਗ ਕਰਵਾਈ ਤੇ ਪੁਲਿਸ ਨਾਲ ਵੀ ਤੇ देन आई अरराइव्ड द नेक्स्ट डे एंड व्हाट आई ਡਿਡ ਫਾਲੋਇੰਗ दैट इज टू गेट द ਫੈਮਿਲੀ ਟੂਗੇਦਰ ਕਿਉਂਕਿ ਉਦੋਂ ਹਾਲੇ ਰਾਣਾ ਵਾਸ ਨਾਟ ਐਕਟਿਵ ਇਨ ਐਨੀ ਕਾਈਂਡ ਆਫ ਸੋਸ਼ਲ ਐਕਟੀਵਿਟੀ ਐਟ दैट ਟਾਈਮ ਨਾਇਦਰ ਆਫ ਅਸ ਵਰ ਕਿਉਂਕਿ ਵੀ ਨੇਵਰ ਹੈਡ दैट ਕਾਈਂਡ ਆਫ ਐਕਸਪੀਰੀਅੰਸ ਉਦੋਂ 5 ਦਿਨ ਬਾਅਦ ਇੱਥੇ ਗੁਰੂ ਰੂਪ ਕੋਟ ਜਿਹੜੀ ਕਿ ਗੁਰਦੁਆਰਾ ਸਾਹਿਬ ਰਨ ਕਰਦੀ ਸੀ ਕਿ ਉਹਨੇ ਅਰੇਂਜ ਕੀਤਾ ਇੱਕ ਮੈਮੋਰੀਅਲ ਜਿਹਦੇ ਵੀ तकरीबन 3 ਕੋ ਹਜ਼ਾਰ ਬੰਦੇ ਆਏ ਸੀਗੇ ਉਦੋਂ ਇਹ ਫਾਈ ਰਿਮੈਂਬਰ ਕਰੈਕਟਲੀ ਉਹ ਸਿਵਿਕ ਸੈਂਟਰ ਚ ਉਹਨਾਂ ਨੇ ਅਰੇਂਜ ਕੀਤਾ ਸੀਗਾ ਤੇ ਉਦੋਂ ਮੈਨੂੰ ਫਿਰ ਨੀਡ ਫੀਲ ਆਈ ਫੈਲਟ ਅ ਨੀਡ ਕਿ ਬਈ ਇਸ ਕੋਈ ਲੋਡ ਹੈ ਬੰਦਾ ਅੱਗੇ ਹੋ ਕੇ ਫੈਮਿਲੀ ਨੂੰ ਵੀ ਗਾਈਡ ਕਰੇ ਕਿਉਂਕਿ ਬਹੁਤ ਸਾਰੇ ਇੰਟਰ ਰਿਲੀਜੀਅਸ ਕਮਿਊਨੀਕੇਸ਼ਨ ਹੋਣ ਲੱਗ ਗਈਆਂ ਉਦੋਂ ਬੜੇ ਲੋਕ ਸਿਮਪੈਥਾਈਜ਼ ਕਰ ਰਹੇ ਸੀਗੇ ਸੋਸ਼ਲ ਐਕਟੀਵिटीज ਬਹੁਤ ਚਾਹੀਦੀਆਂ ਸੀਗੀਆਂ ਫਾਰ ਡੇ ਸਿੱਖ ਅਵੇਅਰਨੈਸ ਤੇ সিটি এমਪਲਾਈਜ਼ ਨੂੰ ਵੀ ਤੇ ਹੋਰ সিটি ਅਫੀਸ਼ੀਅਲਸ ਨੂੰ ਵੀ ਸਟੇਟ ਅਫੀਸ਼ੀਅਲਸ ਨੂੰ ਗਵਰਨਰ ਨੂੰ ਇਦھر ਮਿਲਣਾ ਮਿਲਾਨਾ ਬੜਾ ਹੁੰਦਾ ਸੀਗਾ ਸੋ that is where i started to take very active interest and make people aware ਉਦੋਂ ਲੋਗਾਂ ਨੂੰ ਪਤਾ ਨਹੀਂ ਸੀਗਾ ਵੀ ਸਿੱਖ ਇਸ ਐਟ ਲੀਸਟ ਇਸ ਸਟੇਟ ਵਿੱਚ ਇਟ ਇਜ਼ ਰੈਲੇਟਿਵਲੀ ਕਨਜ਼ਰਵੇਟਿਵ ਸਟੇਟ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਤੇ ਵੀ ਵਰ ਕਨਸੀਡਰਡ ਐਸ ਪਾਰਟ ਆਫ ਇਸਲਾਮਿਕ ਪੀਪਲ ਅਰਬ ਨੂੰ ਬਿਲਾਵ ਕਰਦੇ ਸਾਊਦੀ ਅਰੇਬੀਆ ਜਾਂ ਮਿਡਲ ਈਸਟ ਦੇ ਬੰਦੇ ਅਸੀਂ ਕਨਸਿਡਰ ਕੀਤੇ ਜਾਂਦੇ ਸੀਗੇ ਬਿਕਾਜ਼ ਆਫ ਟਰਬਨ ਐਂਡ ਬੀਅਰਡ ਸੋ that is where then i started doing certain things ਜਿਮੇ ਕਿ ਇੱਕ ਤਾਂ ਹੋਮਲੈਸ ਦਾ ਪ੍ਰੋਗਰਾਮ ਸ਼ੁਰੂ ਕੀਤਾ ਮਹੀਨੇ ਚ ਡਾਕਟਰ ਸਾਹਿਬ ਤੁਸੀਂ ਅਵੇਅਰ ਕਰਨ ਵਾਸਤੇ ਕੀ ਕੀਤਾ ਸਿੱਖ मतलब ਭਈ ਜਦੋਂ ਇਹ ਭਾਣਾ ਵਰਤਿਆ ਉਸ ਤੋਂ ਬਾਅਦ ਤੁਸੀਂ ਸਿੱਖ ਅਵੇਰਨੈਸ ਵਾਸਤੇ ਕੀ ਕੰਮ ਕੀਤਾ ਤੁਸੀਂ ਕੋਈ ਟਰਬਨ ਧਾਇਦਾ ਕੋਈ ਕੀਤਾ ਕੀ ਬਈ ਤੇ ਇੱਕ ਤਾਂ ਸਭ ਤੋਂ ਪਹਿਲਾਂ ਇਹ ਕੀਤਾ ਕਿ ਪਾਵਰਪੁਆਇੰਟ ਦੀ ਇੱਕ ਪ੍ਰੈਜੈਂਟੇਸ਼ਨ ਬਣਾ ਕੇ ਹਾਂ ਜੀ ਸ਼ਟਡ ਗੋਇੰਗ ਟੂ ਡਿਫਰੈਂਟ ਕਾਲਜੇਸ ਡਿਫਰੈਂਟ ਸਕੂਲ ਚਰਚੇਸ ਸਿਨਗਗੋਸ ਜਿੱਥੇ ਕਿਥੇ ਵੀ ਇੱਕ ਅਸੈਂਬਲੀ ਹੋਵੇ ਆਈ ਟ੍ਰਾਈ ਟੂ ਫਾਈਂਡ ਸਮਬਡੀ ਜਿਸ ਨਾਲ ਗੱਲ ਕਰ ਸਕਾਂ ਤੇ ਉਦੋਂ ਬਾਅਦ ਇੱਕ ਕਾਨਫਰੈਂਸ ਜਾਂ ਮੀਟਿੰਗ ਅਰੇਂਜ ਕਰ ਲੈਂਦਾ ਸੀਗਾ ਜਿਹਦੇ 30 40 50 ਬੰਦੇ 60 ਬੰਦੇ ਜਿੰਨੇ ਵੀ ਮੈਨੂੰ ਮਿਲ ਜਾਣ ਉਸ ਕਮਿਊਨਿਟੀ ਦੇ ਥਰੂ ਉਹਨਾਂ ਨੂੰ ਸਿੱਖ ਇੱਕ ਪਾਵਰਪੁਆਇੰਟ ਦੇ ਵਿੱਚ ਇਹ ਸਾਰੇ ਡਿਟੇਲ ਸਿੱਖ ਹਿਸਟਰੀ ਹੂ ਸਿੱਖਸ ਆਰ ਸਾਡੇ ਵਿਊਜ਼ ਕੀ ਹੈਗੇ ਸਾਡੇ ਪ੍ਰਿੰਸੀਪਲ ਕੀ ਹੈਗੇ ਅਸੀਂ ਕਿਉਂ ਡਿਫਰੈਂਟ ਲੱਗਦੇ ਆਂ ਕਿਉਂ ਪੱਗਾਂ ਬੰਨੀਆਂ ਆਂ ਕਿਉਂ ਸਾਡੇ ਕੇਸ ਲੰਬੇ ਆਂ ਦੋਸ ਕਾਈਂਡ ਆਫ ਥਿੰਗਸ ਸੋ ਆਈ ਸਟਾਰਟਡ ਗੋਇੰਗ ਅਰਾਊਂਡ ਐਂਡ ਟੈਲਿੰਗ ਪੀਪਲ ਤੇ ਉਹਦਾ ਹੀ ਪਾਰਟ ਸੀਗਾ ਭੈਣ ਜੀ ਆ ਜਿਹੜੀ ਹੋਮਲੈਸ ਕਰਦੇ ਸੀਗੇ ਕਿਉਂਕਿ ਉਹਨਾਂ ਨੂੰ ਮੈਂ ਕਿਹਾ ਹੋਇਆ ਸੀਗਾ ਕਿ ਮੈਨੂੰ ਦੋ ਤਿੰਨ ਮਿੰਟ ਵਾਸਤੇ ਤੁਸੀਂ ਰੈਗੂਲਰ ਬੋਲਣ ਦਿਓ ਤੇ ਸਿੱਖ ਅਵੇਅਰਨੈਸ ਵਾਸਤੇ ਤੇ ਹੋਰ ਜਿੱਥੇ ਕਿਤੇ ਵੀ ਮੀਟਿੰਗ ਹੋਵੇ ਆਫੀਸ਼ਰਸ ਨੂੰ ਮਿਲਣਾ ਗੁਰਦੁਆਰਿਆਂ ਵਿੱਚ ਲੋਕਾਂ ਨੂੰ ਬੁਲਾਉਣਾ ਉਹਨਾਂ ਦੀਆਂ ਮੀਟਿੰਗਾਂ ਕਰਾਉਣੀਆਂ ਦੈਟਸ ਵਾਟ ਆਈ ਹੈਵ ਬੀਨ ਰਨਿੰਗ ਅਰਾਊਂਡ ਐਂਡ ਡੂਇੰਗ ਐਵਰ ਸਿንስ ਮੈਂ ਡਾਕਟਰ ਅਥੇ ਹੁਣ ਤੇ 10 ਚਾਰ ਗੁਰਦੁਆਰੇ ਨੇ ਜਦੋਂ ਤੁਸੀਂ ਇੱਥੇ ਆਏ ਉਦੋਂ ਇੱਕ ਵੀ ਗੁਰਦੁਆਰਾ ਨਹੀਂ ਸੀ ਫਿਰ ਤੁਸੀਂ ਸਾਨੂੰ ਦੱਸਿਆ ਕਿ ਬਈ ਉਥੇ ਯੋਗੀ ਜੀ ਦਾ ਜਿਹੜਾ ਗੁਰਦੁਆਰਾ ਸੀ ਤੁਸੀਂ ਉਹਨਾਂ ਨੂੰ ਬਹੁਤ ਸਪੋਰਟ ਕੀਤੀ ਉਸ ਤੋਂ ਬਾਅਦ ਡਾਕਟਰ ਸੈਣੀ ਦੇ ਬਾਰੇ ਅਸੀਂ ਤੁਹਾਡਾ ਗੱਲ ਕਰਨਾ ਚਾਹਾਂਗੇ ਕਿ ਉਹਨਾਂ ਦਾ ਗੁਰਦੁਆਰਾ ਕਿਵੇਂ ਸਟਾਰਟ ਹੋਇਆ ਤੇ ਕਿਸ ਤੁਹਾਡਾ ਕੀ ਰੋਲ ਸੀ ਉਹਦੇ ਵਿੱਚ ਹਾਂਜੀ ਦੇਖੋ ਅਸੀਂ ਸਾਰੀ ਸਿੱਖ ਕਮਿਊਨਿਟੀ ਬਹੁਤ ਚਾਹੁੰਦੇ ਸੀਗੇ ਕਿ ਇਹ ਜਿਹੜਾ ਅਮਰੀਕਨ ਸਿੱਖਾਂ ਦਾ ਗੁਰਦੁਆਰਾ ਹੈ ਇਹ ਰਾਲੇ ਕੇ ਚੱਲੇ ਤੇ ਇਹਦੇ ਵਿੱਚ ਪੂਰੀ ਸਪੋਰਟ ਕਰੀਏ ਇਨਫੈਕਟ ਡਾਕਟਰ ਜਸਬੀਰ ਸਿੰਘ ਸੈਣੀ ਜੀ ਜਦੋਂ ਸਡਨਲੀ ਡੈਥ ਹੋ ਗਈ 2000 ਦੇ ਵਿੱਚ ਤੇ ਉਹ ਤੋਂ ਪਹਿਲਾਂ ਦਾ ਡਾਕਟਰ ਸੈਣੀ ਤੇ ਉਹਦਾ ਪਰਿਵਾਰ ਵੀ ਇੱਥੇ ਆਉਂਦਾ ਸੀ ਗੁਰੂ ਨਾਨਕ ਸਾਹਿਬ ਦਵਾਰਾ ਚ ਹਾਂਜੀ ਤੇ ਡਾਕਟਰ ਸੈਣੀ ਹੈਜ਼ ਐਗਰੀ ਟੂ ਪੇ ਸਰਟਨ ਅਮਾਉਂਟ ਆਫ ਮਨੀ ਟੂ ਮੇਕ ਸ਼ੋਰ ਥੈਟ ਥਿਸ ਗੁਰਦੁਆਰਾ ਇਜ਼ ਬਿਲਟ ਉਦੋਂ ਪੁਰਾਣੀ ਬਿਲਡਿੰਗ ਹੁੰਦੀ ਸੀ ਇਦੀ ਤੇ ਉਹ ਅਸੀਂ ਆਲਰੇਡੀ ਸ਼ੁਰੂ ਕਰ ਚੁੱਕੇ ਸੀਗੇ 1999 ਜਿਹਦੀ ਨਹੀਂ ਰੱਖਤੀ ਸੀਗੀ ਗੁਰਨਾਨਕ ਦੁਆਰਾ ਦੀ ਨਵੀਂ ਬਿਲਡਿੰਗ ਬਣਾਉਣ ਦਾ ਪਰ ਦੈਨ देयर वर ਸਰਟਨ ਇਸ਼ੂਸ ਤੇ ਮਿਸਿਸ ਸੈਣੀ ਫੈਲਟ ਆਫਟਰ ਦੀ ਡੈਥ ਆਫ ਡਾਕਟਰ ਸੈਣੀ ਕਿ देयर इज ਅ ਨੀਡ ਟੂ ਹੈਵ ਅ ਮੈਮੋਰੀਅਲ ਫਾਰ ਡਾਕਟਰ ਸੈਣੀ ਤੇ ਉਹਦੇ ਵਾਸਤੇ ਫਿਰ ਦੈਨ ਆਈ ਬੀਕਮ ਐਕਟਿਵ ਇਨ ਅ ਵੇ ਥੈਟ ਆਈ ਸਟਾਰਟਡ ਟੂ ਹੈਲਪ ਹਰ ਇਨ 올 ਦਾ ਵੇ ਥਰੂ ਉਦਾ ਫਿਰ ਜ਼ਮੀਨ ਖਰੀਦਣ ਵਿੱਚ ਸਾਡਾ ਥੋੜਾ ਜਿਹਾ ਰੋਲ ਸੀਗਾ ਥੈਟ ਵੀ ਵਾਰ ਏਬਲ ਟੂ ਲੋਕੇਟ ਥੈਟ ਪੀਸ ਆਫ ਪ੍ਰੋਪਰਟੀ ਜਿੱਥੇ ਗੁਰਦੁਆਰਾ ਬਣਿਆ ਹੋਇਆ ਤੇ ਉੱਥੇ ਵੀ ਜਿਹੜਾ ਇਹ ਗੁਰਦੁਆਰਾ ਬਣਾਉਣਾ ਸੀਗਾ ਮਿਸਿਸ ਸੈਣੀ ਦੀ ਡਿਜ਼ਾਇਰ ਸੀਗੀ ਕਿ ਕਮਿਊਨਿਟੀ ਸੈਂਟਰ ਜਿਹਦਾ ਕਿ ਨਾਂ ਡਾਕਟਰ ਜਸਬੀਰ ਸਿੰਘ ਸੈਣੀ ਕਮਿਊਨਿਟੀ ਸੈਂਟਰ ਹੋਵੇ ਉਹ ਬਣਾਇਆ ਜਾਵੇ ਤੇ ਨਾਲ ਉਹਦੇ ਗੁਰਦੁਆਰਾ ਬਣ ਜਾਵੇ ਸੋ ਵੀ ਵਾਰ ਏਬਲ ਟੂ ਫਾਈਂਡ ਥਿਸ ਪੀਸ ਆਫ ਪ੍ਰੋਪਰਟੀ ਉੱਥੇ ਫਿਰ 2003 ਚ ਉਹ ਬਿਲਡਿੰਗ ਸ਼ੁਰੂ ਕੀਤੀ ਬਿਕਾਜ਼ ਡਾਕਟਰ ਸੈਣੀ ਹੈਡ ਲੈਫਟ ਸਰਟਨ ਚੈਰੀਟੇਬਲ ਫੰਡ ਤੇ ਇਹ ਜਿਹੜੀ ਉਹਦੇ ਚ ਮਨੀ ਯੂਜ਼ ਕੀਤੀ ਗਈ ਹੈ ਨਾ ਉਹ ਸਾਰੀ ਡਾਕਟਰ ਸੈਣੀ ਦੇ ਚੈਰੀਟੇਬਲ ਫੰਡ ਟੂ ਯੂਜ਼ ਹੋਈ ਹੈ ਭੈਣ ਜੀ ਤੇ ਉਹ ਪਹਿਲਾਂ ਉਹਨਾਂ ਦੇ ਮੈਮੋਰੀਅਲ ਫੰਡ ਹਾਲ ਬਣਿਆ ਤੇ ਨਾਲ ਹੀ ਫਿਰ ਉਹਦੇ ਗੁਰਦੁਆਰਾ ਸਾਹਿਬ ਬਣ ਗਿਆ ਤੇ ਉਹ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਬਣਾਉਣ ਚ ਮੇਰਾ ਰੋਲ ਤੇ ਗੁਰਦੁਆਰਾ ਸਾਹਿਬ ਦੇ ਮੈਮੋਰੀਅਲ ਜਿਹੜਾ ਉਹਦੇ ਹਾਲ ਬਣਾਉਣ ਚ ਜਿਹੜਾ ਆਰਕੀਟੈਕਟ ਸੀਗਾ ਹੀ ਵਾਜ਼ ਏ ਗੁਜਰਾਤੀ ਮੁਸਲਿਮ ਫਰਮ ਇੰਡੀਆ ਜਿਹੜਾ ਕਿ ਇੱਥੇ ਏਐਸਯੂ ਚ ਪੜਦਾ ਸੀਗਾ ਤੇ ਉਦੋਂ ਹੀ ਆਇਆ ਸੀ ਜਦੋਂ ਮੈਂ ਇੱਥੇ ਆਇਆ ਸੀਗਾ ਸੋ ਵੀ ਵਰ ਫਰੈਂਡਸ ਫਰਮ 1976 ਸੋ ਵੀ ਕੰਟੈਕਟਡ ਹਿਮ ਐਂਡ ਹੀ ਇਜ਼ ਦਾ ਵਨ ਹੂ ਆਰਕੀਟੈਕਚਰਲੀ ਡਰਾਇੰਗ ਕੀਤੀਆਂ ਜਿਨੇ ਇਸ ਗੁਰਦੁਆਰਾ ਸਾਹਿਬ ਦੀਆਂ ਜਿਹਨੂੰ ਅਸੀਂ ਫਿਰ ਨਿਸ਼ਕਾਮ ਸੇਵਾ ਗੁਰਦੁਆਰਾ ਸਾਹਿਬ ਵੀ ਕਹਿੰਦੇ ਆ ਡਾਕਟਰ ਸਾਹਿਬ ਤੁਸੀਂ ਮੇਰੇ ਮੈਨੂੰ ਐਨ ਮੌਕਾ ਨਹੀਂ ਮਿਲਿਆ ਡਾਕਟਰ ਸੈਣੀ ਸਾਹਿਬ ਨੂੰ ਮਿਲਣ ਦਾ ਆ ਮੈਨੂੰ ਉਹਨਾਂ ਦਾ ਪਤਾ ਚੱਲਿਆ ਉਸ ਤੋਂ ਬਾਅਦ ਕੁਝ ਥੋੜਾ ਜਿਹਾ ਆਪਣੇ ਇਹਦੇ ਵਿੱਚ ਉਹਨਾਂ ਦੇ ਵਿਕਤੀਤਵ ਦੇ ਬਾਰੇ ਵੀ ਚਰਚਾ ਕਰਨਾ ਚਾਹੋਗੇ ਤੁਸੀਂ ਹਾਂਜੀ ਡਾਕਟਰ ਸੈਣੀ ਵਾਸ ਅ ਯੂਨਿਕ ਪਰਸਨ ਹੀ ਵਾਸ ਐਗਜੈਕਟਲੀ 10 ਇਅਰ 扬ਗਰ ਦੈਨ ਮੀ ਬਾਈ ਦ ਵੇ ਹਾਂਜੀ ਬਟ ਹੀ ਵਾਸ ਅ ਵੈਰੀ ਸਕਸੈਸਫੁਲ ਕਾਰਡੀਓਲੋਜਿਸਟ ਜਦੋਂ ਇੱਥੇ ਆਇਆ ਤੇ ਉਦੋਂ ਉਸਨੇ ਸਭ ਤੋਂ ਪਹਿਲਾ ਕੰਮ ਇਹ ਕੀਤਾ ਹੈ ਇਹਨੂੰ ਆਫ ਦਿ ਰਕ ਲਓ ਸ਼੍ਰੀ ਜੀ ਉਹਨੇ ਸਭ ਤੋਂ ਪਹਿਲਾਂ ਇਹ ਕੀਤਾ ਹੈਗਾ ਕਿ ਉਸਨੇ ਗੁਰਦਾਨਿਕ ਦੁਆਰਾ ਸਾਹਿਬ ਦੇ ਵਿੱਚ ਉਹਨੂੰ ਕੰਟੀਨਿਊਸਲੀ ਹਰ ਸੰਡੇ ਆ ਕੇ ਉੱਥੇ ਲੰਗਰ ਵਿੱਚ ਸੇਵਾ ਕਰਦਾ ਸੀਗਾ ਥੈਨ ਬਿਕਾਜ਼ ਹੀ ਵਾਸ ਅ ਵੈਰੀ ਸਕਸੈਸਫੁਲ ਕਾਰਡੀਆਲੋਜਿਸਟ ਇਨ ਥੈਟ ਪਾਰਟ ਆਫ ਦਾ ਟਾਊਨ ਜਿੱਥੇ ਕੋਈ ਇਨਵੇਸਿਵ ਕਾਰਡੀਆਲੋਜਿਸਟ ਹੈ ਨਹੀਂ ਸੀਗਾ ਥੰਡਰਬਰਡਸ ਮੈਰੀਟਨ ਹਸਪੀਟਲ ਜਿੱਥੇ ਉਹਨੇ ਪ੍ਰੈਕਟਿਸ ਸ਼ੁਰੂ ਕੀਤੀ ਤੇ ਜਦੋਂ ਉਹਦੀ ਡੈਥ ਹੋ ਗਈ 2000 ਚ ਹੀ ਡਾਈਡ ਔਨ ਅਗਸਟ 15 uh, Exactly two days before his forty-fifth uh, birth uh, day. There were some issues. Initially we wanted to build the Gurdwara Sahib Guru Nanak Dwara, but then she felt ke let's have a separate thing close to where he was practicing and other some there were some other issues. So finally, a Jada Sahib, a architect. ਤੋਂ ਡਿਜ਼ਾਈਨ ਕਰਵਾ ਕੇ ਜਿਹਦੇ ਵਿੱਚ ਆਈ ਹੈਡ ਅ ਸਿਗਨੀਫੀਕੈਂਟ ਰੋਲ ਤੇ ਉਹ ਤੋਂ ਬਾਅਦ ਫਿਰ ਇਹ ਗੁਰਦੁਆਰਾ 2006 ਦੇ ਵਿੱਚ ਪੂਰਾ ਹੋ ਗਿਆ ਸੀਗਾ ਭੈਣ ਜੀ ਬਾਕੀ ਕੰਪਲੀਟ ਹੈ ਡਾਕਟਰ ਸਾਹਿਬ ਟੂ ਸੀ ਇੰਟਰਫੇਥ ਜਿਹੜੀ ਇੱਕ ਫਾਊਂਡੇਸ਼ਨ ਹੈਗੀ ਹੈ ਉਹਦੇ ਵੀ ਮੈਂਬਰ ਹੈਗੇ ਉਹਨਾਂ ਦੇ ਉੱਤੇ ਥੋੜੀ ਜੀ ਸਾਡੇ ਦ੍ਰਿਸ਼ਟੀ ਨੂੰ ਦੱਸਣਾ ਚਾਹੁੰਦੇ ਹਾਂ ਕਿ ਤੁਹਾਡਾ ਕੀ ਰੋਲ ਹੈ ਉਹਦੇ ਵਿੱਚ हां जी भज जी मैं तकरीबन 15 20 साल ਤੋਂ ਇਨਵੋਲਡ ਆ ਉਹਦੇ ਨਾਲ ਆਈ ਇਨੀਸ਼ੀਅਲੀ ਆਈ ਵਾਸ ਅ ਬੋਰਡ ਮੈਂਬਰ ਫਿਰ ਉਹਨਾਂ ਨੇ ਬੋਰਡ ਮੈਂਬਰ ਤੋਂ ਇੱਕ ਉਹਦਾ ਬਣਾਤਾ ਐਡਵਾਈਜ਼ਰੀ ਗਰੁੱਪ ਤੇ ਆਈ ਹੈਵ ਆਲਵੇਜ਼ ਬੀਨ ਐਵਰ ਸਿンス ਆਈ ਐਂਟਰਡ दैट ਗਰੁੱਪ ਆਈ ਹੈਵ ਬੀਨ ਅ ਸਿੱਖ ਰਿਪਰੈਜ਼ੈਂਟੇਟਿਵ ਐਨ ਐਡੀਸ਼ਨ ਟੂ ਕਿਰਨ ਕੋਰ ਪਹਿਲਾਂ ਸੋਲ ਸਿੰਘ ਵੀ ਹੁੰਦਾ ਸੀਗਾ ਬਟ ਨਾਓ ਪ੍ਰਾਇਮਰਲੀ ਆਈ ਹੈਵ ਬੀਨ ਐਕਟਿਵਲੀ ਇਨਵੋਲਡ ਐਜ਼ ਅ ਸਿੱਖ ਕਮਿਊਨਿਟੀ ਮੈਂਬਰ ਤੇ ਉਹਦੇ ਦਾ ਸਭ ਤੋਂ ਇੰਪੋਰਟੈਂਟ ਕੰਮ ਜਿਹੜਾ ਅਸੀਂ ਕਰਦੇ ਆ ਭੈਣ ਜੀ ਉਹ ਹੈਗਾ ਕਿ ਸਾਲ 'ਚ ਇੱਕ ਵਾਰੀ ਅਸੀਂ ਸਾਰੇ ਡਾਊਨਟਾਊਨ 'ਚ ਇੱਕ ਇਵੈਂਟ ਹੈ ਉਹਨੂੰ ਕਹਿੰਦੇ ਆ ਐਕਸਪੀਰੀਅੰਸ ਇੰਟਰਫੇਥ ਜਿਹਦੇ ਜਿ ਕਿ 4-500 ਬੰਦੇ ਹੁੰਦੇ ਆ ਹਰ ਇੱਕ ਧਰਮ ਦੇ ਤੇ ਉਹਦੇ ਵਿੱਚ ਨਾ ਲੰਗਰ ਜਿਹੜੀ ਸੇਵਾ ਹੈ ਉਹ ਹਮੇਸ਼ਾ ਸਿੱਖ ਕਮਿਊਨਿਟੀ ਕਰਦੀ ਆਈ ਹੈ ਤੇ ਮੇਰਾ ਰੋਲ ਇਹਦੇ ਵਿੱਚ ਇਹ ਹੈਗਾ ਭੈਣ ਜੀ ਦੈਟ ਆਈ ਕਲੈਕਟ ਆਲ ਦੀ ਰੈਸਟੋਰੈਂਟਸ ਜਿਹੜੇ ਕਿ ਸਿੱਖ ਓਨਡ ਇੰਡੀਅਨ ਰੈਸਟੋਰੈਂਟ ਹੈ ਉਹ ਸਾਰੇ ਫਿਰ ਇੱਕ ਇੱਕ ਚੀਜ਼ ਬਣਾ ਦਿੰਦੇ ਆ ਮੈਨੂੰ ਐਂਡ ਵੀ ਟ੍ਰਾਈ ਟੂ ਬ੍ਰਿੰਗ ਇਟ देयर ਐਂਡ ਵੀ ਸਰਵ ਐਗਜੈਕਟਲੀ ਹੌਟ ਫੂਡ ਟੂ ਆਲਮੋਸਟ 400 ਟੂ 500 ਪੀਪਲ ਆਫ ਡਿਫਰੈਂਟ ਫੇਥ ਐਗਜੈਕਟਲੀ ਇਨ ਦਾ ਵੇ ਜਿਵੇਂ ਕਿ ਲੰਗਰ ਗੁਰਦੁਆਰਾ ਸਾਹਿਬ ਵਿੱਚ ਸਰਵ ਹੁੰਦਾ ਹੈ ਸ਼ੂਜ਼ ਉਤਾਰ ਕੇ ਸਿਰ ਕਵਰ ਕਰਕੇ ਉਹਨਾਂ ਦੇ ਉਹਨਾਂ ਨੂੰ ਉੱਥੇ ਹੀ ਪੱਗਾਂ ਮੰਨੀਆਂ ਦਿਆਂ ਭੈ ਜੀ ਐਂਡ ਦੇ ਆਰ ਟੋਲਡ ਹਾਊ ਟੂ ਟਾਈ ਅ ਪਰਬਨ ਅਸੀਂ ਪੱਗਾਂ ਲੈ ਜਾਂਦੇ ਆ ਸੋ 200 ਉੱਥੇ ਜਿਹੜੇ ਚਾਹੁੰਦੇ ਆ ਉਹਨਾਂ ਨੂੰ ਫਿਰ ਅਸੀਂ ਉੱਥੇ ਪੱਗ ਬੰਨ ਕੇ ਤੇ ਉਸ ਤੋਂ ਬਾਅਦ ਫਿਰ ਉਹ ਲੰਗਰ ਹਾਲ 'ਚ ਆਮਨ ਲੰਗਰ ਥੱਲੇ ਇਦਾਂ ਟੱਪੜ ਜਾਇ ਬਿਚਾ ਕੇ ਚੰਗੀ ਤਰ੍ਹਾਂ ਸਾਫ਼ ਕਰਕੇ ਉਸਤਾਨੂ ਤੇ ਇਹਨੂੰ ਹੈਰੀਟੇਜ ਸਕੁਏਅਰ ਕਹਿੰਦੇ ਆ ਤੁਸੀਂ ਵੀ ਆਇਆ ਹੋ ਦੋ ਤਿੰਨ ਵਾਰੀ ਉੱਥੇ ਹਾਂਜੀ ਇਹ ਵਾਂਸ ਸੇ ਯਰ ਵੀ ਵੀ ਸੈਲੀਬ੍ਰੇਟ ਦੈਟ ਇਵੈਂਟ ਜਿਹਦੇ ਕੇ ਬੇਸਿਕ ਐਮਫਸਿਸ ਜਿਹੜਾ ਉਹ ਸਿੱਖ ਫੇਤ ਤੇ ਤੇ ਨਾਲ ਹੀ ਸਿੱਖ ਲੰਗਰ ਤੇ ਹੁੰਦਾ ਉਹਦੇ ਵਿੱਚ ਹਾਂਜੀ ਜਿਸ ਤਰ੍ਹਾਂ ਕੀ ਤੁਸੀਂ ਦੇਖ ਰਹੇ ਹੋ ਅਸੀਂ ਜੁੜੇ ਹੋਏ ਹਾਂ ਡਾਕਟਰ ਸਾਹਿਬ ਦੇ ਨਾਲ ਅਰਜ਼ੋਨਾ ਤੋਂ ਆ ਟਾਕ ਟਾਈਮ ਦੇ ਵਿੱਚ ਗੱਲਾਂ ਕਰਾਂਗੇ ਅਮਨੇ ਸਾਹਮਣੇ ਇਹਨਾਂ ਦੇ ਨਾਲ ਅਮਨੇ ਸਾਹਮਣੇ ਹੀ ਅਸੀਂ ਗੱਲਾਂ ਕਰ ਰਹੇ ਆ ਲੈਂਦੇ ਆ ਇੱਕ ਛੋਟਾ ਜਿਹਾ ਬ੍ਰੇਕ ਔਰ ਤੁਸੀਂ ਕਿਧਰੇ ਚਾਹੀਓ ਨਾ ਬ੍ਰੇਕ ਤੋਂ ਬਾਅਦ ਮਿਲਦੇ ਆ ਟਾਕ ਟਾਈਮ ਦੇ ਵਿੱਚ ਅਸੀਂ ਫਿਰ ਤੁਹਾਡਾ ਸਵਾਗਤ ਕਰਦੇ ਆ ਬ੍ਰੇਕ ਤੋਂ ਬਾਅਦ ਅਸੀਂ ਗੱਲਾਂ ਕਰ ਰਹੇ ਹੈ ਕਿ ਆ ਡਾਕਟਰ ਜਸਪਰ ਸਿੰਘ ਸਸੀ ਦੇਵਾ ਜੀ ਨਾਲ ਜਿਹੜੇ ਕਿ ਅਰਜ਼ੋਨਾ ਦੇ ਵਾਸੀ ਹੁੰਦੇ ਨੇ ਤੇ ਕਿਤਾਬਾਂ ਵੀ ਲਿਖਿਆ ਨੇ ਔਰ ਗੁਰੂ ਘਰ ਦੇ ਨਾਲ ਬਹੁਤ ਜੁੜੇ ਹੋਏ ਨੇ ਸਿੱਖ ਤੇ ਸਿੱਖੀਜ਼ਮ ਦੇ ਬਾਰੇ ਵੀ ਇਹਨਾਂ ਨੇ ਬੜੀਆਂ ਮਤਲਬ ਲੈਕਚਰ ਦਿੱਤੇ ਨੇ ਕੋਈ ਵੀ ਯੂਨੀਵਰਸਿਟੀ ਹੋਵੇ ਕੋਈ ਕਾਲਜ ਹੋਵੇ ਬੱਚਿਆਂ ਉੱਥੇ ਜਾ ਕੇ ਸਮਝਾਉਂਦੇ ਨੇ ਈਵਨ ਦੈਨ ਗੁਰਦੁਆਰਾ ਸਾਹਿਬ ਦੇ ਵਿੱਚ ਜਦੋਂ ਕਦੇ ਕਾਫੀ ਗੋਰੇ ਲੋਕਾਂ ਦਾ ਇਕੱਠ ਹੁੰਦਾ ਜਿਨ੍ਹਾਂ ਜਿਨ੍ਹਾਂ ਨੂੰ ਕੇ ਇਕੱਠੇ ਕਰਕੇ ਲਿਆ ਕੇ ਇਹਨਾਂ ਦੇ ਬਾਰੇ ਦੱਸਿਆ ਜਾਂਦਾ ਉਹਦੇ ਵਿੱਚ ਵੀ ਲੈਕਚਰ ਦਿੰਦੇ ਨੇ ਕਲਾਸ ਕਰਦੇ ਨੇ ਤੇ ਸਭ ਤੋਂ ਵੱਡੀ ਯੂਨੀਕ ਗੱਲ ਇਹ ਕਿ ਇਹਨਾਂ ਦੀ ਮੈਨੂੰ ਬਹੁਤ ਅੱਛੀ ਲੱਗੀ ਸੀ ਜਿਹੜੀ ਵੈਸੇ ਤਾਂ ਸਾਰੀਆਂ ਗੱਲਾਂ ਇਹਨਾਂ ਦੀਆਂ ਅੱਛੀਆਂ ਨੇ ਕਿ ਇਹਨਾਂ ਨੇ ਵੀ ਸਾਲ ਹੋਮਲੈਸ ਦੀ ਸੇਵਾ ਕੀਤੀ ਤੇ ਡਾਕਟਰ ਹੋਮਲੈਸ ਦਾ ਜਿਹੜਾ ਆਪਾਂ ਡਿਨਰ ਪ੍ਰੇਪੇਅਰ ਕਰਦੇ ਸੀ ਤੁਸੀਂ ਉਹ ਕਦੋਂ ਸ਼ੁਰੂ ਹੋਇਆ ਤੇ ਕੀ ਰੀਜ਼ਨ ਹੈ ਕਿ ਉਹ ਹੁਣ ਆਪਾਂ ਨਹੀਂ ਕਰਦੇ ਪਏ ਮੰਜੂ ਜੀ ਇਹ 1999 ਜੇ ਸ਼ੁਰੂ ਕੀਤਾ ਸੀਗਾ ਐਕਚੁਅਲੀ 2000 ਤੇ ਮਹੀਨੇ 'ਚ ਇੱਕ ਵਾਰੀ ਅਸੀਂ ਕਰਦੇ ਸੀਗੇ ਤਕਰੀਬਨ 15-20 ਫੈਮਿਲੀਆ ਇਕੱਠੀਆਂ ਹੋ ਕੇ ਅਸੀਂ ਉੱਥੇ ਜਾਂਦੇ ਸੀਗੇ ਹਾਂਜੀ my wife used to basically uh, collect and go to uh, costco te sunday subere assi saman khareed lende si 6 700 wala da te plus assi taqreeban 70 80 bade large pizzas fresh taaze bane hoye deliver kara lende si ge utte and we did it once a month for almost 20 years ਦੋ ਹਾਲ ਪਹਿਲਾਂ ਉਹਨਾਂ ਨੇ ਸਾਨੂੰ ਇਹ ਦੱਸਿਆ ਕਿ ਅਸੀਂ ਉਸ ਆਰਗੇਨਾਈਜੇਸ਼ਨ ਨੂੰ ਇਹ ਆਰਗੇਨਾਈਜੇਸ਼ਨ ਦਾ ਨਾਮ ਸੀ ਫੀਨਿਕਸ ਰੈਸਕਿਊ ਮਿਸ਼ਨ ਹਾਂਜੀ ਦੇ ਡਾਊਨਟਾਊਨ ਵੈਸਟ ਸਾਈਡ ਆਫ ਡਾਊਨਟਾਊਨ ਦੇ ਹੈਗਾ ਐਸਟੈਬਲਿਸ਼ਡ ਫਾਰ ਮੈਨੀ ਮੈਨੀ ইয়ারਸ ਇੱਕ 크ਰਿਸਚੀਅਨ ਆਰਗੇਨਾਈਜੇਸ਼ਨ ਰਲ ਕੇ ਉਹਨੂੰ ਰਨ ਕਰਦੀ ਹੈ ਤੇ ਫਿਰ ਉਹਨਾਂ ਨੇ ਦੇ ਹੈਡ ਇਨੀਸ਼ੀਅਲੀ ਐਗਰੀਡ ਕਿ ਹਾਂ ਇੱਕ ਮਹੀਨੇ ਚ ਇੱਕ ਦਿਨ ਤੁਹਾਨੂੰ ਦੇ ਦਿਆ ਕਰਾਂਗੇ ਤੁਸੀਂ ਜੋ ਮਰਜ਼ੀ ਕਰ ਲਿਆ ਕਰੋ ਤੇ ਵੀ ਯੂਸ ਟੂ ਕੁਕ ਫਰੈਸ਼ ਫੂਡ देयर ਬੇਸਿਕਲੀ एवरीथिंग ਵਾਸ ਫਰੈਸ਼ ਪੀਜ਼ਾ ਡਿਲੀਵਰ ਕਰਾ ਲੈਂਦੇ ਸੀ ਨਾਲ ਬੁਰਿਟੋ ਵਗੈਰਾ ਉੱਥੇ ਬਣਾ ਲੈਂਦੇ ਸੀਗੇ ਤੇ ਵੈਜੀਟੇਬਲ ਦਾ ਸੈਲਡ ਨਾਲ ਕੁਕਡ ਵੈਜੀਟੇਬਲ ਇੱਕ ਫਰੂਟ ਨਾਲ ਇੱਕ ਡਰਿੰਕ ਨਾਲ ਆਈਸਕ੍ਰੀਮ ਵਗੈਰਾ ਬਟ what happened was that ਉਹਨਾਂ ਨੇ ਕਿਹਾ ਕਿ ਅਸੀਂ ਨਾ ਹੁਣ ਐਮਫਸਿਸ ਫ্রম ਹੋਮਲੈਸ ਵੀ ਆਰ ਸ਼ਿਫਟਿੰਗ ਥਿਸ ਆਰਗੇਨਾਈਜੇਸ਼ਨ ਇੰਟੂ ਅ ਡਰਗ ਡੀ ਐਡਿਕਸ਼ਨ ਪ੍ਰੋਗਰਾਮ ਤੇ ਉਹਨਾਂ ਨੇ ਇਹ ਪ੍ਰੋਗਰਾਮ ਸਾਨੂੰ ਕਿਹਾ ਕਿ ਉਹ ਤੁਹਾਡੀ ਲੋੜ ਨਹੀਂ ਕਿਉਂਕਿ ਵੀ ਵਿਲ ਹੈਵ आवर ओन ਪੀਪਲ ਜਿਹੜੀ ਸਾਡੀ ਇੱਥੇ ਮੈਸ ਹੋਏਗੀ ਤੇ ਵੀ ਡੋਨਟ ਨੀਡ ਯੂਰ ਹੈਲਪ ਉਹ ਤੋਂ ਬਾਅਦ ਫਿਰ ਆਈ ਹੈਵ ਬੀਨ ਟ੍ਰਾਈਂਗ ਟੂ ਫਾਈਂਡ ਸਮ ਸੂਟੇਬਲ ਲੋਕੇਸ਼ਨ ਪਰ ਜਿੱਥੇ ਜਾਓ ਉਹ ਕਹਿੰਦੇ ਆ ਕਿ ਤੁਸੀਂ ਪੈਸੇ ਦੇ ਜਾਓ ਤੇ ਅਸੀਂ ਆਪ ਸੇਵਾ ਕਰਦੇ ਆ ਸਾਡੀ ਆਪਣੀ ਕਿਚਨ ਹੈ ਤੇ ਸਾਡਾ ਪਰਪਸ ਇਹ ਹੁੰਦਾ ਸੀਗਾ ਕਿ ਟੀਨਏਜਸ ਨੂੰ ਉੱਥੇ ਲਿਜਾ ਕੇ Let them physically cook the food for the poor people and that was not possible at any other place. But fortunately, fortunately, and this is a new thing. we have only done twice. That we have started what is called arizona longer on meals. longer yeah. on wheels. on wheels, right? hange. oda panji, trakasi already, oda president, i am also one of the board members. oda kardak, it's a catering truck. ਵੀ ਟੇਕ ਟੂ ਦਿਸ ਸਪਾਟ ਵੇਅਰ ਦੀ ਨੀਡ ਇਜ਼ ਪਰ ਕਿਉਂਕਿ ਉਹ ਕੋਵਿਡ ਹੋਣ ਕਰਕੇ ਅਸੀਂ ਸਿਰਫ ਹਲੇ ਦੋ ਵਾਰੀ ਕੀਤਾ ਹੈ ਬਟ ਆਵਰ ਪਰਪਸ ਇਜ਼ ਟੂ ਟੇਕ ਇਟ ਆਲਮੋਸਟ ਏਵਰੀ ਡੇ ਇਫ ਨਾਟ ਏਵਰੀ ਡੇ ਏਵਰੀ ਅਦਰ ਡੇ ਆਰ ਐਟ ਲੀਸਟ ਟੂ অর ਥਰੀ ਟਾਈਮਸ ਅ ਵੀਕ ਐਂਡ ਟੇਕ ਦਾ ਫੂਡ ਵੇਅਰ ਇਟ ਇਜ਼ ਨੀਡਡ ਫਾਰ ਐਗਜ਼ਾਮਪਲ ਬੋਥ ਦਾ ਟਾਈਮਸ ਵੀ ਹੈਵ ਵੈਂਟ ਵੀ ਹੈਵ ਗਨ ਟੂ ਐਂਡਰੇਜ਼ ਹਾਊਸ ਜਿਹੜਾ ਕਿ ਤੁਹਾਨੂੰ ਪਤਾ ਹੋਵੇ 12 ਐਵਨਿਊ ਤੇ ਮੈਡੀਸਨ ਤੇ ਹੈਗਾ ਜਿਹਦੇ ਆਲੇ ਦੁਆਲੇ অলমোস্ট ਕਿੰਨੇ ਘਟੂ ਘਟ ਨਹੀਂ 500 700 ਟੈਂਟ ਲੱਗੇ ਹੋਇਆ ਵਰਪੂਰ ਪੀਪਲ ਜਿਹੜੇ ਕਿ ਰਾਤੀ ਉੱਥੇ ਹੀ ਸੌਂਦੇ ਆਂ ਤੇ ਦਿਨੇ ਦੇਰ ਹੋਮਲੈਸ ਤੇ ਉਹਨਾਂ ਨੂੰ ਇੱਕ ਵਾਰੀ ਤੇ ਕੰਬਲ ਵਗੈਰਾ ਦੇ ਕੇ ਆਇਆ ਦੂਜੀ ਵਾਰੀ ਉਹਨਾਂ ਨੂੰ ਆਪਾਂ ਨੇ ਰਲ ਕੇ ਪੀਜ਼ਾ ਸਰਵ ਕੀਤਾ ਨਾਲ ਬਾਕੀ ਜਿਹੜੀਆਂ ਚੀਜ਼ਾਂ ਹੁੰਦੀਆਂ ਐ ਚਿਪਸ ਐਂਡ ਡ੍ਰਿੰਕਸ ਐਂਡ ਦੋਸ ਕਾਈਂਡ ਆਫ ਥਿੰਗਸ ਬਟ ਵੀ ਵਿਲ ਬੀ ਐਕਸਪੈਂਡਿੰਗ 댓 ਥਿੰਗ ਐਸ ਟਾਈਮ ਗੋਜ਼ and as the covid uh, issue is little bit resolved kyunki okay, every we don't want pe our people to be put at uh, disadvantage or some kind of this par oh homeless the unfortunately uh, which we did for almost 20 years gurudwara uh, saab to baad assi sare chale jande sige and i used to basically involve the teenagers unna uh, nu naal leke jaida siga people would donate certain thing kisi ne keh dena ki ke pizza aj mere valo kar lo koi keh dinda si ice cream mere val kar lo and i used to announce in gurdwara that today is the day and people would come and give me that buy this thing from my by this thing and that ran very nicely for 20 years but things changed and, and now we are emphasizing on the other thing right jada tusi mainu keh ke tusi at bandeni milke ji de ki president tusi kehne ho sardar suminder singh sodhi ji ne ਇਹ ਲੰਗਰ ਜ਼ੋਨ ਵੀਲ ਇਹ ਪਹਿਲਾ ਟਰੱਕ ਹੈਗਾ ਯੂਐਸਏ ਦੇ ਵਿੱਚ ਕਿ ਹੋਰ ਵੀ ਕਿਸੇ ਸਟੇਟ ਤੋਂ ਹੈ ਕਿ ਕਿਦੇ ਦਿਮਾਗ ਦੇ ਵਿੱਚ ਆਇਆ ਕਿ ਆਪਾਂ ਐਦਾਂ ਕਰ ਲਈਏ ਜੇ ਇਹਨਾਂ ਨੇ ਐਦਾਂ ਬੰਦ ਕੀਤਾ ਤਾਂ ਆਪਾਂ ਐਦਾਂ ਕਰ ਲਈਏ ਨਹੀਂ ਨਹੀਂ ਇਹ ਹੋਰ ਥਾਵਾਂ ਤੇ ਵੀ ਹੈਗਾ ਇਟਸ ਹਾਪਨਡ ਹੀਅਰ ਐਂਡ ਵੀ ਹੈਡ ਦਿਸ ਆਈਡੀਆ ਫॉर অলਮੋਸਟ 2 অর 3 ইয়ার্স বাট ਓਨਲੀ ਵੀ ਵਾਜ਼ ਨਾਟ এবਲ ਟੂ ਪੁੱਟ ਆਰ ਰਿਸੋਰਸਸ ਟੂਗੇਦਰ ਆਈ ਬਰਾਟ ਦ ਆਈਡੀਆ ਅਬਾਊਟ 3 ইয়ার্স ਅਗੋ ਐਂਡ দেন ਸਮਿੰਦਰ ਵਾਜ਼ ਵੈਰੀ ਐਕਟਿਵ ਹੀ ਵਾਂਟਿਡ ਟੂ ਹੈਲਪ ਆਊਟ দেন ਹੀ Uh, found another. Uh, apne shop. He joined with us and he said that he will immediately take care of certain aspects. So he forwarded a um, good amount of money. A truck, but we have been already able to pay it off with the help of that gentleman and some other resources. Other ਇਟਸ ਅ ਜੁਆਇੰਟ ਪ੍ਰੋਗਰਾਮ ਉਦੇਚ 8-9 ਬੋਰਡ ਆਫ ਮੈਂਬਰਸ ਹੈਗੇ ਵੀ ਹੈਵ ਨਾਟ ਯੈਟ ਆਸਕ ਅਦਰ ਪੀਪਲ ਟੂ ਕਮ ਫਾਰਵਰਡ ਐਂਡ ਹੈਲਪ us ਆਊਟ ਕਿ ਕੋਵਿਡ ਕਰਕੇ ਥੋੜਾ ਜਿਹਾ ਅਸੀਂ ਡਿਲੇ ਕੀਤਾ ਹੋਇਆ ਹੈ ਬਟ ਯੈਸ ਇਟਸ ਅ ਕੰਬਾਈਨਡ ਕਮਿਊਨਿਟੀ ਪ੍ਰੋਗਰਾਮ ਐਂਡ ਥਿਸ ਇਸ ਨਾਟ ਦ ਓਨਲੀ ਵਨ ਥੇਅਰ ਆਰ ਅਦਰ ਪਲੇਸਿਸ ਵਾਸ਼ਿੰਗਟਨ ਡੀਸੀ ਚ ਹੈਗਾ ਇਸੇ ਤਰ੍ਹਾਂ ਹੀ ਸੈਨ ਹੋਜ਼ ਦੇ ਕੋਲੇ ਉਪਰ ਜਿੱਥੇ ਗਿਲਰੋਆ ਹੈ ਉਥੇ ਪ੍ਰੋਗਰਾਮ ਹੁੰਦਾ ਹੈ and there are some other uh, in facts san diego somebody has that truck uh, so we are not the only one but in phoenix and in arizona this is the first thing it ever happened and we will expand it all the <laughs> bottle logan udasani city dr saab de bare asi dass <laughs> reha thanu dr saab doctor neurologist ne dr saab tabla bajande ne ਗੁਰੂ ਘਰ ਲਈ ਇਹਨਾਂ ਨੇ ਕੀਰਤਨ ਦੇਤੇ ਤੇ ਡਾਕਟਰ ਸਾਹਿਬ ਦੇ ਬਾਰੇ ਤੁਹਾਨੂੰ ਇੱਕ ਹੋਰ ਅਸੀਂ ਗੱਲ ਦੱਸਦੇ ਹਾਂ ਕਿ ਡਾਕਟਰ ਸਾਹਿਬ ਬੜੇ ਹੀ ਉੱਗੇ ਰਾਈਟਰ ਵੀ ਨੇ ਇਹ ਇਹਨਾਂ ਦੇ ਜਿਹੜੇ ਕਾਲਮ ਨੇ ਇਹਨਾਂ ਦੇ ਜਿਹੜੇ ਆਰਟੀਕਲ ਨੇ ਬਚਪਨ ਤੋਂ ਲੈ ਕੇ ਵੱਡਿਆਂ ਤੱਕਨ ਬਜ਼ੁਰਗਾਂ ਤੱਕਨ ਉਹ ਛਪਦੇ ਨੇ ਵਨ ਵਨਸ ਬੰਨੇ ਨਿਊਜ਼ਪੇਪਰ ਦੇ ਵਿੱਚ ਇਹਨਾਂ ਦੇ ਆਰਟੀਕਲ ਜਾਂਦੇ ਨੇ ਪੰਜਾਬੀ ਵਿੱਚ ਇੰਗਲਿਸ਼ ਵਿੱਚ ਤਾਂ ਡਾਕਟਰ ਸਾਹਿਬ ਤੁਹਾਡੇ ਅੰਦਰ ਇਹ ਲਿਖਾਈ ਦਾ ਕਿੱਦਾਂ ਆਇਆ ਕਿ ਤੁਸੀਂ ਰਾਈਟਰ ਵੀ बन गए ਤੁਸੀਂ ਬੰਜੀ ਬਚਪਨ ਚ ਤਾਂ ਸ਼ੌਂਕ ਸੀਗਾ ਉਹ ਪੰਜਾਬੀ ਚ ਮੈਂ ਲਿਖ ਲੈਂਦਾ ਸੀਗਾ ਚੰਗਾਰ ਕਵਤਾਵਾਂ ਵੀ ਛੋਟੀਆਂ ਮੋਟੀਆਂ ਤੇ ਹਾਂਜੀ ਔਰ ਵਾਟ ਹੈਪਨਡ ਹੇਅਰ ਕਿ ਤੁਹਾਡੇ ਆਉਣ ਤੋਂ ਪਹਿਲਾਂ ਤੇ ਤੁਸੀਂ ਟੇਕਓਵਰ ਕੀਤਾ ਸੀਗਾ ਜਿਹੜਾ ਇੰਡੀਆ ਟਾਈਮਜ਼ ਤੁਹਾਡਾ ਨਿਊਜ਼ਪੇਪਰ ਉਹ ਤੋਂ ਪਹਿਲਾਂ ਜਿਸ ਬੰਦੇ ਨੇ ਸ਼ੁਰੂ ਕੀਤਾ ਸੀਗਾ ਹੀ ਵਾਸ ਅ ਗੁਜਰਾਤੀ ਜੈਂਟਲਮੈਨ ਤੇ जरा अखबार है ना एशिया टाइम्स है मैं कर रहा गल के इंडिया है oh. जी है दूजा हाँ जी जो पेपर शुरू किया अबाउट टू थाउजेंड टू और अप्रोच मी ही बिकॉज वी न्यू एवरी बॉडी वॉज ऑल्सो फ्राम द सेम टाइम वैन आई एम हीट के जसवंत आई एम स्टार्टिंग ए पेपर बट आई विल नीड सम बॉडी टू राइट इट कॉन्फेंटली सो elbersince he started that paper i always was there from day one and i helped him and i will always be writing something for him on some issues related to indo american diaspora jada hega te fir jadon panji tonu oh main hale vi unna nu har mahine likh ke denna te jadon tusi paper shuru kita itthe asia times ਇਫ ਯੂ ਰਿਮੈਂਬਰ ਦੂਜਾ ਦਾ ਤੂਜਾ ਤੁਹਾਡਾ ਇਸ਼ੂ ਆਇਆ ਸੀਗਾ ਤੇ ਆਈ ਥਿੰਕ ਆਈ ਨੇਵਰ ਫੇਲਡ ਇਨ ਸੈਂਡਿੰਗ ਯੂ ਐਨ ਆਰਟੀਕਲ ਐਂਡ ਆਈ ਹੋਪ ਸੋ ਲੰਗ ਐਸ ਯੂ ਕੈਰੀ ਔਨ ਆਈ ਵਿਲ ਬੀ देयर ਟੂ ਹੈਲਪ ਆਊਟ ਤੇ ਫਿਰ ਇਦਾਂ ਬਣਿਆ ਸਬਬ ਕਿ 2007 ਵਿੱਚ ਮੈਂ ਆਪਣੀ ਪਹਿਲੀ ਕਿਤਾਬ ਲਿਖੀ ਸੀ ਉਹਦਾ ਨਾਮ ਸੀਗਾ ਸੁਕੇਅਰ ਪੈਗਸ ਰਾਉਂਡ ਹੋਲਸ ਤੇ ਮੇਰੇ ਜਿਹੜੀਆਂ ਸਾਰੀਆਂ ਕਿਤਾਬਾਂ ਭੈਣ ਜੀ ਇੱਕੋ ਹੀ ਇਸ਼ੂ ਹੈ ਉਹਦੇ ਵਿੱਚ ਕਿ ਆਈ ਟਾਕ ਅਬਾਊਟ ਡਾਇਸਪੋਰਾ ਨੀਡਸ ਡਾਇਸਪੋਰਾ ਇਸ਼ੂਸ ਜਿਹੜੀਆਂ ਸਾਰੀਆਂ ਪ੍ਰੋਬਲਮ ਹੈ ਵਾਟ ਵੀ ਆਰ ਟ੍ਰਾਈਂਗ ਇਨ ਥਿਸ ਕੰਟਰੀ ਵੀ ਆਰ ਫਰਮ ਅ ਡਿਫਰੈਂਟ ਕਲਚਰ ਸਾਡੇ ਨੈਣ ਨਕਸ਼ ਡਿਫਰੈਂਟ ਹੈ ਸਾਡਾ ਕਲਚਰ ਡਿਫਰੈਂਟ ਹੈ ਪਰ ਵੀ ਆਰ ਟ੍ਰਾਈਂਗ ਟੂ ਸੈਟਲ ਇਨ ਥਿਸ ਕੰਟਰੀ ਐਸ ਪਾਰਟ ਆਫ ਥਿਸ ਕੰਟਰੀ ਸੋ ਜਿਹੜੀ ਮੈਂ ਪਹਿਲੀ ਕਿਤਾਬ ਲਿਖੀ ਸੀ ਉਹਦਾ ਨਾਮ ਸੀ ਸਕੁਅਰ ਪੈਗਸ ਰਾਊਂਡ ਹੋਲ ਐਕਚੁਅਲੀ ਆਈ ਕੈਨ ਸ਼ੋ ਇਟ ਹੇਅਰ ਆਈ ਡੋਨਟ ਨੋ ਵੈਦਰ ਇਟਸ ਵਿਜ਼ੀਬਲ ਤੇ ਉਹਦਾ ਪਰਪਸ ਇਹ ਸੀਗਾ ਕਿ ਲਾਈਕ ਇਫ ਯੂ ਵਾਂਟ ਟੂ ਪੁੱਟ ਅ ਪੈਗ ਜਿੱਦਿਕੇ ਐਜੇਸ ਹੋਣ ਸਕੁਅਰ ਹੋਵੇ ਤੇ ਜਿਹੜਾ ਹੋਲ ਹੋਵੇ ਉਹ ਦੇ ਰਾਉਂਡ ਹੋਵੇ ਐਂਡ ਯੂ ਆਰ ਟ੍ਰਾਈਂਗ ਟੂ ਪੁੱਟ ਦੈਟ ਸਕੁਅਰ ਥਿੰਗ ਇੰਟੂ ਅ ਰਾਉਂਡ ਹੋਲ ਕੀ ਹੋਏਗਾ ਜਾਂ ਤਾਂ ਉਹਦੇ ਐਜੇਸ ਨੂੰ ਤੁਹਾਨੂੰ ਕੱਟਣਾ ਪੈਣਾ ਹੈ ਤਰਾਸ਼ਣਾ ਪੈਣਾ ਹੈ ਰਾਈਟ ਇਨ ਆਰਡਰ ਟੂ ਗਿਵ ਦ ਸ਼ੇਪ ਆਫ ਦ ਰਾਉਂਡ ਹੋਲ ਤੋ ਉਹ ਮੈਂ ਕਹਿਣਾ ਇਹ ਚਾਹੁੰਦਾ ਸੀਗਾ ਕਿ ਜੇ ਆਪਾਂ ਇਸ ਕੰਟਰੀ ਵਿੱਚ ਰਹਿਣਾ ਹੈ ਵੈਸਟਰਨ ਕਲਚਰ 'ਚ ਰਹਿਣਾ ਹੈ ਵੀ ਕੈਨ ਨਾਟ ਫੋਰਸ ਆਰ ਕਲਚਰ ਓਨ them ਵੀ ਹੈਵ ਲਿਵਡ ਇਨ ਅ ਕਲਚਰ ਦੇਰਫੋਰ ਵੀ ਹੈਵ ਟੂ ਫਾਈਂਡ ਅ ਵੇ ਕਿ ਬਿਨਾ ਆਪਣਾ ਨੁਕਸਾਨ ਕੀਤਾ ਜਾਂ ਆਪਣੇ ਕਲਚਰ ਦਾ ਨੁਕਸਾਨ ਕੀਤਾ ਵੀ ਹੈਵ ਟੂ ਫਾਈਂਡ ਅ ਵੇ ਵੇਅਰ ਵੀ ਵੇਅਰ ਵੀ ਕੁਡ ਲਿਵ ਇਨ ਹਾਰਮਨੀ ਵਿਦ ది ਕਲਚਰ ਵੀ ਹੈਵ ਅਡਾਪਟਡ ਸੋ ਮੇਰੀਆਂ ਸਾਰੀਆਂ ਜਿਹੜੀਆਂ ਕਿਤਾਬਾਂ ਇੱਕ ਦੂਜੀ ਕਿਤਾਬ ਦਾ ਨਾਮ ਸੀਗਾ ਵਨ ਕਾਇਨ ਟੂ ਸਾਈਡਸ ਵੀ ਕਾਇਨ ਇੱਕੋ ਹੀ ਹੈ ਬੰਦਾ ਤਾਂ ਇੱਕੋ ਹੀ ਹੈ ਸਾਈਡ ਜੋ ਨੇ ਹਾਂਜੀ ਹਾਂਜੀ ਉਹਦੀਆਂ ਦੋ ਸਾਈਡਾਂ ਹੁੰਦੀਆਂ ਇਜ਼ੀ ਕਿਤਾਬ ਜਿਹੜੀ ਉਹ ਸੀਗੀ ਉਹਦਾ ਮੈਂ ਨਾਮ ਰੱਖਿਆ ਸੀਗਾ ਵੈਸਟਰਨ ਮਿਰਰ ਈਸਟਰਨ ਰੈਫਲੈਕਸ਼ਨ ਹਾਂਜੀ ਕਿ ਮੀਨਰ ਤਾਂ ਵੈਸਟ ਦਾ ਹੈਗਾ ਕਿ ਅਸੀਂ ਉਹਦੇ ਈਸਟਰਨ ਬੰਦੇ ਖੜੇ ਹੋયા ਹਾਂ ਤੇ ਫਿਰ ਲਾਸਟ ਜਿਹੜੀ ਕਿਤਾਬ ਇਸ ਕਲਚਰ ਬਾਰੇ ਮੈਂ ਲਿਖੀ ਆ ਆਪਣੇ ਕਲਚਰ ਬਾਰੇ ਉਹਦਾ ਨਾਮ ਸੀਗਾ ਅਡਾਪਟਿੰਗ ਟੂ ਦੀ ਅਡਾਪਟਡ ਫੇਸ ਅਡਾਪਟਿੰਗ ਟੂ ਦੀ ਅਡਾਪਟਡ ਫੇਸ ਤੇ ਇਹ ਮੇਰੀ ਚ ਚਾਰ ਤਾਂ ਹੈਗੀਆਂ ਕਿਤਾਬਾਂ ਕਲਚਰ ਬਾਰੇ ਤੇ ਇੱਕ ਫਿਰ ਮੈਂ ਇਸੇ ਤਰੀਕੇ ਸਿੱਖੀਜ਼ਮ ਫ੍ਰੋਮ ਦੀ ਪਰਸਪੈਕਟਿਵ ਆਫ ਏਨ ਅਮਰੀਕਨ ਟੂ ਲਿਵਿੰਗ ਅਬ੍ਰੋਡ ਜੀ ਹਾਂਜੀ

ਆ ਆਮ ਸ਼ੋਰ ਕਿ ਤੁਹਾਡੀਆਂ ਕਿਤਾਬਾਂ ਵੀ ਦੇਖ ਰਹੇ ਹੋਣੇ ਨੇ ਤੇ ਲਾਸਟ ਕਿਤਾਬ ਤੁਸੀਂ ਸਿੱਖੀ ਜ਼ਮ ਦੇ ਬਾਰੇ ਗੱਲ ਕਰ ਰਹੇ ਸੀ ਤੁਸੀਂ ਇਹਨਾਂ ਨੂੰ ਕੁਇਕਲੀ ਦੱਸ ਸਕਦੇ ਹੋ ਕਿ ਕਿਸੀ ਕੋਵਿਡ ਤੇ ਗੱਲ ਕਰਨੀ ਹੈ ਕਿ ਤੁਹਾਡੀਆਂ ਕਿਤਾਬਾਂ ਕਿੱਥੇ ਅਵੇਲੇਬਲ ਨੇ ਕਿ ਕਿੱਥੋਂ ਕੋਈ ਖਰੀਦ ਸਕਦਾ ਹੈ ਐਕਚੁਅਲੀ ਮੈਂ ਵੇਚਦਾ ਤੇ ਨਹੀਂ ਹੈਗਾ ਪਰ ਮੇਰੇ ਕੋਲ ਹਰ ਇੱਕ ਤਰ੍ਹਾਂ ਦੀਆਂ ਕਿਤਾਬਾਂ ਪਈਆਂ ਹਨ ਤਕਰੀਬਨ 500 ਦੇ ਕਰੀਬ ਕੋਈ ਬੰਦਾ ਮੈਨੂੰ ਕਾਲ ਕਰ ਲਵੇ ਤੇ ਸੋ ਲੰਗ ਐਸ ਦੇ ਕਾਲ ਮੀ ਆਈ ਵਿਲ ਬੀ ਮੋਰ ਦਨ ਹੈਪੀ ਟੂ ਸੈਂਡ ਇਟ ਐਨੀ ਵੇਅਰ ਕੋਈ ਅਵੇਲੇਬਲ ਵੀ ਹੈ ਗਿਆ ਆ ਮਿਲ ਜਾਂਦੀਆਂ ਉਹਦੇ ਤੇ ਵੀ ਪਰ ਇਟ ਇਜ਼ ਈਜ਼ੀਅਰ ਟੂ ਕਾਲ ਮੀ ਤੇ ਮੈਂ ਫਿਰ ਪੇਸ ਜੀ ਜੀ ਅਸੀਂ ਬਹੁਤ ਤੁਹਾਡੇ ਧੰਨਵਾਦੀ ਆ ਗੁਰਦੀਪ ਜੀ ਸਿੰਘ ਸਾਹਿਬ ਜਿਨੂੰ ਤੁਸੀਂ ਡਾਕਟਰ ਸਾਹਿਬ ਲਈ ਕਾਲ ਕੀਤੀ ਤੁਹਾਡੀ ਕਾਲ ਨਹੀਂ ਲੈ पाए ਅ ਅੱਗੇ ਤੋਂ ਅਸੀਂ ਇਸ ਦਾ ਧਿਆਨ ਰੱਖਾਂਗੇ ਡਾਕਟਰ ਸਾਹਿਬ ਕੋਵਿਡ ਕੋਵਿਡ ਦੀ ਇੱਕ ਐਸੀ ਮਹਾਮਾਰੀ ਜਿਹੜੀ ਦੁਨੀਆਂ ਦੇ ਵਿੱਚ ਨਾ ਕਿਸੇ ਨੇ ਦੇਖੀ ਨਾ ਸੁਣੀ ਜਿਹੜੀ ਆਈ ਹੈ ਇਸ ਤੋਂ ਤੁਸੀਂ ਦੱਸਣਾ ਚਾਹੋਗੇ ਕਿ ਬਈ ਕਿਸਰਾ ਬਚਿਆ ਜਾਏ ਤੇ ਕੋਵਿਡ ਦੀ ਮਹਾਮਾਰੀ ਦੇ ਵਿੱਚ ਹੀ ਜਿੱਥੇ ਤੱਕ ਮੈਨੂੰ ਨੌਲੇਜ ਹੈ ਹੋ ਸਕਦਾ ਮੈਂ ਗਲਤ ਵੀ ਹੋਵਾਂ ਸਾਡੇ ਤਿੰਨ ਭਾਈ ਸਾਹਿਬ ਗੁਰਦੁਆਰਾ ਸਾਹਿਬ ਇਹ ਭਾਈ ਹਰਵਿੰਦਰ ਸਿੰਘ ਜੀ ਹੋਰਾ ਜੀ ਨੇ ਜਿਹੜੇ ਕਿਸ਼ਰਡਨ ਗੁਰਦੁਆਰਾ ਦੇ ਵੀ ਸੀ ਰਾਗੀ ਜੱਥਾ ਸੀਗਾ ਇਹਨਾਂ ਦਾ ਤੇ ਇਹ ਬਾਈ ਗੁਰੂ ਦੇ ਚਰਣਾ ਦੇ ਵਿੱਚ ਨਿਵਾਸ ਚਲੇ ਗਏ ਕਰ ਗਏ ਨੇ ਅਸੀਂ ਸਿੱਖ ਕਮਿਊਨਿਟੀ ਵੱਲੋਂ ਸਾਰੇ ਤੇ ਭਾਈ ਮੇਕ ਸਿੰਘ ਜੀ ਭਾਈ ਮੇਕ ਸਿੰਘ ਜੀ ਨੇ ਜਿਹੜੇ ਤੁਸੀਂ ਹੁਣ ਅੱਜ ਟਾਈਮ ਸਕਰੀਨ ਤੇ ਦੇਖ ਰਹੇ ਹੋ ਇੱਕ ਗੁਰਦੁਆਰਾ ਨਿਸ਼ਕਾਮ ਸੇਵਾ ਗੁਰਦੁਆਰਾ ਸਾਹਿਬ ਦੇ ਵਿੱਚ ਹੈਡ ਗ੍ਰੰਥੀ ਜੀ ਸੀ ਜਿਨ੍ਹਾਂ ਦੇ ਪਿਛਲੇ ਹਫਤੇ ਹੀ ਫਿਊਨਰਲ ਹੋਇਆ ਹੈਗਾ ਤੇ ਇਹਨਾਂ ਨੂੰ ਅਸੀਂ ਤੇ ਭਾਈ ਮਦਨ ਸਿੰਘ ਜੀ ਭਾਈ ਮਦਨ ਸਿੰਘ ਜੀ ਜਿਹੜੇ ਕੀ ਗੋਰੇ ਸਿੰਘਾ ਜਿਹੜੇ ਯੋਗੀ ਦੇ ਗੁਰਦੁਆਰੇ ਦੇ ਵਿੱਚ ਕੀਰਤਨੀਏ ਸੀਗੇ ਔਰ ਛੱਡ ਚੁੱਕੇ ਸੀ ਮੈਂ ਸਹੀ ਹਾਂ ਡਾਕਟਰ ਬੇਟੀ ਕੀ ਠੀਕ ਠੀਕ ਹਾਂਜੀ ਇਹ ਪਹਿਲਾਂ ਸੀਗੇ ਇਹ ਤਿੰਨ ਹਸਤੀਆਂ ਨੇ ਜਿਹੜੀਆਂ ਗੁਰੂ ਦੇ ਨਾਲ ਜੁੜੀਆਂ ਹੋਈਆਂ ਸੀ ਤੇ ਗੁਰੂ ਚਰਣਾ ਦੇ ਵਿੱਚ ਨਿਵਾਸ ਕਰ ਗਈਆਂ ਨੇ ਇਹਨਾਂ ਦੇ ਪਰਿਵਾਰਾਂ ਨੂੰ ਅਸੀਂ ਪਾਲਾ ਮੰਨਣ ਦਾ ਗੁਰੂ ਸਾਹਿਬ ਅਗੇ ਅਰਦਾਸ ਕਰਦੇ ਹਾਂ ਕਿ ਉਹਨਾਂ ਨੂੰ ਬਲ ਬਖਸ਼ਣ ਇਹਨਾਂ ਦਾ ਪਾਲਾ ਮੰਨਣ ਦਾ ਤੁਸੀਂ ਕੁਝ ਕਹਿਣਾ ਚਾਹੋਗੇ ਰਕਸਬ ਇਹਨਾਂ ਦੇ ਬਾਰੇ ਹਾਂਜੀ ਇਹ ਇਸ ਅ ਵੈਰੀ ਅਨਫੋਰਚੂਨੇਟ ਡਿਜ਼ੀਜ਼ ਹੈ ਤੇ ਵਾਇਰਸ ਹੈ ਫਲੂ ਵਾਇਰਸ ਹੀ ਹੈ ਵਨ ਆਫ ਦੀ ਵਾਇਰਸਿਸ ਪਰ ਪ੍ਰੋਬਲਮ ਇਹ ਦੀ ਹੈ ਕਿ ਇਟਸ ਵੈਰੀ ਮੱਚ ਬਿਰੂਲੈਂਟ ਇਸ ਬੜੀ ਸਖਤ ਇਹ ਵਾਇਰਸ ਹੈ ਕਿ ਕਿਉਂਕਿ ਇਹਦੇ ਆਲੇ ਦੁਆਲੇ ਸਪਾਈਕਸ ਲੱਗੇ ਹੋਈਆਂ ਜਿਹੜੀਆਂ ਕਿ ਜਦੋਂ ਕਿ ਸੈੱਲ ਜਿਹੜਾ ਕਿ ਯੂਨਿਟ ਹੈ ਸਾਡੀ ਬਾਡੀ ਦਾ ਉਹਦੇ ਨਾਲ ਕਿਤੇ ਵੀ ਟਕਰਾਉਂਦੀਆਂ ਜਾਂ ਲੱਗਦੀਆਂ ਤਾਂ ਉਹ ਪੱਕਾ ਹੁੱਕ ਕਰ ਜਾਂਦੀਆਂ ਤੇ ਛੱਡਣ ਦਾ ਨਾਂ ਨਹੀਂ ਲੈਂਦੀਆਂ ਤੇ ਉਹ ਜਾ ਕੇ ਫਿਰ ਟਿਸ਼ੂ ਨੂੰ ਡੈਮੇਜ ਕਰ ਦਿੰਦੀਆਂ ਤੇ ਜਿਵੇਂ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਸ਼ੁਰੂ ਚਾਈਨਾ ਤੋਂ ਹੋਇਆ ਸੀਗਾ ਤੇ ਫਿਰ ਹੌਲੀ-ਹੌਲੀ ਆਲ ਓਵਰ ਦੇ ਵਰਲਡ ਹੁਣ ਸਪਰੈਡ ਕੀਤਾ ਹੋਇਆ ਹੈ ਤੇ ਸਾਡੇ ਵਾਸਤੇ ਮੇਰੀ ਤੇ ਹੱਥ ਜੋੜ ਕੇ ਸਾਰਿਆਂ ਨੂੰ ਇਹ ਸੁਜੈਸ਼ਨ ਹੈ ਕਿ ਜਿੰਨੀ ਵੀ ਹੋ ਸਕਦੀ ਹੈ ਦੀ ਪ੍ਰਕਾਸ਼ਨ ਕੀਤੀ ਜਾਵੇ ਔਰ ਪ੍ਰਕਾਸ਼ਨ ਦੇ ਵਾਸਤੇ ਜਿਹੜਾ ਮੋਸਟ ਇੰਪੋਰਟੈਂਟ ਹੈ ਕਿਉਂਕਿ ਇਹ ਆਨ ਦੀ ਬਰੀਦ ਕਰਕੇ ਹੈ ਮੋਸਟਲੀ ਜਾਨ ਜਦੋਂ ਤੁਸੀਂ ਆਪਣੀਆਂ ਆਈਜ਼ ਨੂੰ ਟੱਚ ਕਰਦੇ ਹੋ ਪਹਿਲਾਂ ਜੇ ਕੋਈ ਐਸੀ ਥਾਂ ਨੂੰ ਟੱਚ ਕੀਤਾ ਹੋਵੇ ਜਿੱਥੇ ਕਿ ਵਾਇਰਸ ਹਲੇ ਡੈਡ ਨੋ ਯੂਵੇ ਤੇ ਜਾਂ ਤੁਸੀਂ ਹੋਰ ਕੋਈ ਮਿਊਕਸ ਮੈਂਬਰੇਨ ਨੂੰ ਟੱਚ ਕਰਦੇ ਹੋ ਬਾਡੀ ਦੀ ਜਾਂ ਨੋਜ਼ ਨੂੰ ਟੱਚ ਕਰਦੇ ਹੋ ਤੇ ਉਹਦੇ ਨਾਲ ਹੋ ਸਕਦੀ ਹੈ ਤੇ ਮੋਸਟਲੀ ਜਿਹੜੀ ਇਹ ਹਵਾਚ ਹੁੰਦੀ ਹੈ ਜਦੋਂ ਤੁਸੀਂ ਉਸ ਥਾਂ ਤੇ ਜਾਂਦੇ ਹੋ ਜਿੱਥੇ ਕਿਸੇ ਬੰਦੇ ਨੂੰ ਆਲਰੇਡੀ ਉਹ ਇਨਫੈਕਸ਼ਨ ਹੋਵੇ ਤੇ ਉਹ ਫਿਰ ਜਿਹੜੀ ਹਵਾਚ ਹੁੰਦੀ ਹੈ ਉਹ ਸਨੀਜ਼ ਕਰੇਗਾ ਕਫ ਕਰੇਗਾ ਤੇ ਜੇਕਰ ਤੁਸੀਂ ਉਹਦੇ 6-7 ਫੁੱਟ ਦੇ ਡਿਸਟੈਂਸ 'ਤੇ ਹੈਗੇ ਹੋ ਤਾਂ ਉਹ ਪਾਰਟੀਕਲ ਜਿਹੜੇ ਆ ਹਵਾਚ ਹੋਣ ਕਰਕੇ ਤੁਸੀਂ ਉਹਨੂੰ ਬਰੀਥ ਕਰ ਲੈਂਦੇ ਹੋ ਤੇ ਇਹਦੀ ਸਭ ਤੋਂ ਅੱਛੀ ਐਂਡ ਸਾਇੰਟਿਫਿਕਲੀ ਪ੍ਰੂਵਨ ਫੈਕਟ ਹੈ ਭੈਣ ਜੀ ਕਿ ਤੁਹਾਨੂੰ ਮਾਸਕ ਪਾਣਾ ਚਾਹੀਦਾ ਹੈ ਮਾਸਕ ਪਾਣਾ ਬਹੁਤ ਜ਼ਰੂਰੀ ਹੈ ਮਾਸਕ ਇਦਾਂ ਨਹੀਂ ਪਾਣਾ ਚਾਹੀਦਾ ਕਿ ਨੱਕ ਆਪਾਂ ਮੈਂ ਦੇਖਿਆ ਬਹੁਤ ਸਾਰੇ ਆਪਣੇ ਲੋਕ ਜਿਹੜੇ ਆ ਉਹ ਨੋਜ਼ ਉਹਨਾਂ ਦਾ ਨੰਗਾ ਹੁੰਦਾ ਹੈ ਅਨੋਸਟਿਲ ਜ਼ਿੰਗੀਆਂ ਹੁੰਦੀਆਂ ਤੇ ਸਿਰਫ ਮੂੰਹ ਕਵਰ ਕਰ ਲੈਂਦੇ ਆ ਜਾਂ ਹੇਠਲਾ ਪੋਰਸ਼ਨ ਕਵਰ ਕਰ ਲੈਂਦੇ ਆ ਉਹਦਾ ਕੋਈ ਫਾਇਦਾ ਨਹੀਂ ਹੈਗਾ ਇਟਸ ਨਾਟ ஏ ਸਮਥਿੰਗ ਟੂ ਸ਼ੋ ਇਟ ਇਜ਼ ਬੇਸਿਕਲੀ ਟੂ ਕਵਰ ਯੂਅਰ ਨੋਜ਼ ਐਂਡ ਯੂਅਰ ਮਾਉਥ ਸੋ ਥੈਟ ਯੂ ਡੂ ਨਾਟ ਬਰੀਥ ਇਨ ਆਲਸੋ ਐਟ ਦਾ ਸੇਮ ਟਾਈਮ ਯੂ ਵੈਨ ਯੂ ਸਨੀਜ਼ ਆਰ ਤੁਸੀਂ ਗੱਲ ਕਰਦੇ ਹੋ ਜਾਂ ਤੁਸੀਂ ਕਫ ਕਰਦੇ ਹੋ ਉਹ ਹਵਾ ਜਿਹੜੀ ਬਾਹਰ ਨਿਕਲਦੀ ਆ ਉਹਦੇ ਵਿੱਚ ਵਾਇਰਸ ਹੁੰਦੀ ਹੈ ਉਹ ਤੁਸੀਂ ਕਿਸੇ ਹੋਰ ਨੂੰ ਨਾ ਦੇ ਦਿਓ ਤੇ 6 ਫੁੱਟ ਦਾ ਡਿਸਟੈਂਸ ਇਸ ਕਰਕੇ ਕਹਿੰਨੇ ਆ ਕਿ ਜਦੋਂ ਤੁਸੀਂ ਸਨੀਜ਼ ਕਰਦੇ ਹੋ ਜਾਂ ਕਫ ਕਰਦੇ ਹੋ ਉਹ ਤੁਹਾਡੇ ਮੂੰਹ ਚੋਂ ਜਿਹੜੀ ਹਵਾ ਨਿਕਲਦੀ ਹੈ ਉਹ ਤਕਰੀਬਨ 6 ਫੁੱਟ ਤੱਕ ਜਾਂਦੀ ਹੈ ਦੂਰ ਬੈਟਰ ਇਹ ਹੈ ਕਿ 6 ਤੋਂ ਵੀ ਜ਼ਿਆਦਾ ਕਰੋ ਪਰ ਐਟ ਲੀਸਟ 6 ਫੁੱਟ ਦਾ ਡਿਸਟੈਂਸ ਹੋਣਾ ਚਾਹੀਦਾ ਹੈ ਔਰ ਮਾਸਕ ਜਿਹੜਾ ਹੈ ਉਹ ਬਹੁਤ ਜ਼ਰੂਰੀ ਲਾਣਾ ਚਾਹੀਦਾ ਹੈ ਨਾਲ ਅਸੀਂ ਆਪਾਂ ਇਹ ਵੀ ਕੰਨਿਆ ਕਿ ਸਾਨੂੰ ਹਮੇਸ਼ਾ ਹੀ ਹੱਥ ਧੋਣੇ ਚਾਹੀਦੇ ਆ ਦੋਸਤੋ ਬਾਅਦ ਸੈਨੀਟਾਈਜ਼ਰ ਲਾਣਾ ਚਾਹੀਦਾ ਉਹ ਇਸ ਕਰਕੇ ਜ਼ਰੂਰੀ ਹੈ ਕਿ فرض ਕਰੋ ਮੈਂ ਇੱਥੇ ਕਫ ਕਰਦਾ ਤੇ ਪਾਰਟੀਕਲ ਹੇਠਾਂ ਜਾ ਕੇ ਜ਼ਮੀਨ ਤੇ ਗਿਰ ਜਾਂਦੇ ਆ ਜਾਂ ਕੋਈ ਸਰਫੇਸ ਹੈ ਟੇਬਲ ਹੈ ਚੇਅਰ ਹੈ ਜਾਂ ਜਿੱਦੇ ਵੀ ਤੁਸੀਂ ਬੈਠੇ ਹੋਏ ਆ ਉੱਥੇ ਜਦੋਂ ਰਹਿ ਜਾਂਦੀ ਹੈ ਦੂਜਾ ਬੰਦਾ ਜਦੋਂ ਉਹਨੂੰ ਆ ਕੇ ਹੱਥ ਲਾਏਗਾ ਤੇ ਉਹਦੇ ਨਾਲ ਟੱਚ ਹੋ ਜਾਂਦੀ ਹੈ ਫਿਰ ਉਹ ਬੰਦਾ ਜੇਕਰ ਆਪਣੇ ਨੱਕ ਨੂੰ ਨੋਜ਼ ਨੂੰ ਜਾਂ ਆਪਣੀ ਅੱਖਾਂ ਨੂੰ ਜਾਂ ਮੂੰਹ ਦੇ ਨੇੜੇ ਕਰੇਗਾ ਤੂੰ ਉਸ ਨੂੰ ਉਹ ਵਾਇਰਸ ਨੂੰ ਬਰੀਡ ਕਰ ਸਕਦਾ ਸੋ ਇਹ ਦੋ ਜਿਹੜੀਆਂ ਇਹਦੇ ਬਹੁਤ ਜ਼ਰੂਰੀ ਹੈ ਇਹ ਸਾਇੰਟਿਫਿਕ ਹੈਗੀਆਂ ਗੱਲਾਂ ਇਹ ਇਹਦੇ ਤੇ ਪ੍ਰੂਵਨ ਇਨਫੈਕਟ ਹੈ ਇਨਫੈਕਟ ਹਾਲੇ ਕੱਲ ਹੀ ਮੈ ਰਿਪੋਰਟ ਪੜ੍ਹਿਆ ਸੀਗਾ ਕਿ ਜਿਹਦੇ ਵਿੱਚ ਉਹ ਬੀਬੀ ਸੁਜੈਸਟ ਕਰ ਰਹੀ ਹੈ ਕਿ ਸਿਰਫ ਇੱਕ ਮਾਸਕ ਨਹੀਂ ਤੁਹਾਨੂੰ ਦੋ ਮਾਸਕ ਪਾਣੇ ਚਾਹੀਦੇ ਆ ਇੱਕ ਪਹਿਲਾਂ ਹੇਠਾਂ ਫਿਰ ਇੱਕ ਉਹਦੇ ਉੱਪਰ ਉਹ ਕਪੜੇ ਦਾ ਚਾਹੇ ਚਾਹੇ ਹੇਠਾਂ ਮੰਨ ਲਓ ਚਾਹੇ ਉੱਪਰ ਉਹਦਾ ਮਤਲਬ ਇਹ ਹੈ ਕਿ ਪਹਿਲੇ ਮਾਸਕ ਨੂੰ ਜਦੋਂ ਤੁਸੀਂ ਕਪੜਾ ਬੰਨੋਗੇ ਤਾਂ ਉਹ ਤੁਹਾਡੀ ਸਕਿਨ ਦੇ ਨਾਲ ਟਾਈਟ ਹੋ ਜਾਏਗਾ ਤੇ ਮੈਂ ਉਹ ਸਿੱਖਾਂ ਨੂੰ ਇਹ ਕਹਿਣਾ ਚਾਹੁੰਦਾ ਜਿਨ੍ਹਾਂ ਦੇ ਬੀਅਰਡ ਹੈਗੀ ਕਿ ਬੀਅਰਡ ਹੋਣ ਕਰਕੇ ਮਾਸਕ ਦਾ ਕਨੈਕਸ਼ਨ ਚੰਗੀ ਤਰ੍ਹਾਂ ਨਹੀਂ ਹੁੰਦਾ ਤੇ ਉਹਦਾ ਤਰੀਕਾ ਜਿਵੇਂ ਮੈਂ ਕਰਦਾ ਹਮੇਸ਼ਾ ਥੱਲੇ ਇੱਕ ਠਾਠੀ ਲੈ ਕੇ ਚੰਗੀ ਤਰ੍ਹਾਂ ਬੰਨ ਲੈਣਾ ਤੇ ਉਹਦੇ ਉੱਤੇ ਮਾਸਕ ਪਾ ਲੈਣਾ ਬਿਕਾਜ਼ ਦੈਨ ਸਰਫੇਸ ਇਜ਼ ਸਮੂਥ ਐਂਡ ਥੇਅਰ ਇਜ਼ ਲੈਸ ਚਾਂਸਸ ਆਫ ਹੈਮਿੰਗ ਏਅਰ ਪੈਨੇਟ੍ਰੇਟ ਥਰੂ ਦੈਟ ਸੋ ਮਾਸਕ ਪਾਣਾ ਭੈ ਜੀ ਹੱਥ ਆਪਣੇ ਆਪ ਨੂੰ ਬਚਾਉਣ ਵਾਸਤੇ ਬਹੁਤ ਜ਼ਰੂਰੀ ਹੈ ਕਿ ਸਾਨੂੰ ਸਾਰਿਆਂ ਨੂੰ ਇਹਦਾ ਕਹਿਣਾ ਮੰਨਣਾ ਚਾਹੀਦਾ ਭੈਣ ਜੀ ਨਾਟ ਬਟ ਹਾਂ ਜੀ ਤੁਸੀਂ ਇੱਥੇ ਜਿਹੜੀ ਅਰIZੋਨਾ ਦੇ ਵਿੱਚ ਪੁਲਿਸ ਸਿੱਖ ਐਡਵਾਈਜ਼ਰੀ ਕਮੇਟੀ ਦੇ ਮੈਂਬਰ ਵੀ ਹੋ ਤੇ ਤੁਸੀਂ ਹੁਣ ਇੱਕ ਗਲੋਬਲੀ ਵੈਬਨਾਰ ਸ਼ੁਰੂ ਕੀਤਾ ਹੈ ਇਹਦੇ ਬਾਰੇ ਤੁਸੀਂ ਸਾਡੇ ਦਰਸ਼ਕਾਂ ਨੂੰ ਕੁਝ ਦੱਸਣਾ ਚਾਹੋਗੇ ਹਾਂ ਜੀ ਭੈਣ ਜੀ ਜਦੋਂ ਬਲਬੀਰ ਸਿੰਘ ਸੋਢੀ ਦੀ ਡੈਥ ਤੋਂ ਬਾਅਦ ਹੀ ਐਡਵਾਈਜ਼ਰੀ ਬੋਰਡ ਸ਼ੁਰੂ ਕੀਤਾ ਸੀਗਾ ਆਈ ਵਾਸ ਪਾਰਟ ਆਫ ਦੈਟ ਬੋਰਡ ਗਰੁੱਪ ਤੇ ਉਹ ਹੁਣ ਤੱਕ ਚੱਲਦਾ ਇਨਫੈਕਟ ਵੀ ਜਸਟ ਹੈਡ ਮੀਟਿੰਗ ਯਸਟਰਡੇ ਤੇ ਉਹ ਹਮ ਇਹ ਹੈ ਕਿ ਜਦੋਂ ਸਾਡੇ ਲੋਕਾਂ ਦੀ ਪੁਲਿਸ ਤੱਕ ਡਾਇਰੈਕਟ ਅਪਰੋਚ ਹੋਣੀ ਚਾਹੀਦੀ ਹੈ ਕਿਉਂਕਿ ਉਹ ਇਨਸੀਡੈਂਟ ਜਿਹੜੀ ਸੀਗੀ ਬਲਬੀਰ ਸਿੰਘ ਦੀ ਉਹ ਬੜੀ ਪੇਨਫੁਲ ਸੀਗੀ ਵੀ ਡਿਡਨਟ ਵਾਂਟ ਦਿਸ ਥਿੰਗਸ ਟੂ ਹੈਪਨ ਤੇ ਸਾਡੇ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਹੈ ਵੀ ਜੇਕਰ ਕੋਈ ਉਹ ਜੀ ਇਨਸੀਡੈਂਟ ਹੁੰਦੀ ਹੈ ਤੇ ਕਿਹਨੂੰ ਰਿਪੋਰਟ ਕਰਨਾ ਹੈ ਕਿਹਦੇ ਕੋਲ ਜਾਣਾ ਹੈ ਸੋ ਐਨੀ ਆਫ ਦੀ ਜਿਹੜਾ ਬੋਰਡ ਸਾਡੇ ਮੈਂਬਰ ਹੈ ਜੇਕਰ ਕੋਈ ਉਹ ਜੀ ਗੱਲ ਆਵੇ ਤੇ ਸਾਡੇ ਨਾਲ ਗੱਲ ਕਰੋ ਤਾਂ ਦੈਨ ਵੀ ਹੈਵ ਡਾਇਰੈਕਟ ਲਾਈਨਸ ਵਿਦ ਦੀ ਪੁਲਿਸ ਡਿਪਾਰਟਮੈਂਟ ਐਂਡ ਥਿੰਗਸ ਬੀਕਮ ਲिटल ਬਿਟ ਈਜ਼ੀਅਰ ਤੇ ਜਿਹੜੀ ਤੁਸੀਂ ਗਲੋਬਲ ਵੈਬਿਨਾਰ ਦੀ ਗੱਲ ਕੀਤੀ ਹੈ ਉਹ ਭੈਣ ਜੀ ਆਈ ਸਟਾਰਟਡ ਇਨ ਦੀ ਲੇਟਰ ਪਾਰਟ ਆਫ ਆਗਸਟ ਲਾਸਟ ਈਅਰ ਪਹਿਲਾਂ ਦੇ 4-5 ਬੰਦੇ ਸੀਗੇ ਲੋਕਲੀ ਫਿਰ ਓਵਰ ਪੀਰੀਅਡ ਆਫ ਟਾਈਮ ਨਾਊ ਵੀ ਹੈਵ ਆਲਮੋਸਟ ਓਵਰ 100 ਪੀਪਲ ਤੇ ਹਫਤੇ ਚ ਇੱਕ ਵਾਰੀ ਅਸੀਂ ਇਕੱਠੇ ਹੁੰਨੇ ਆ ਸ਼ਾਮ ਨੂੰ 6 ਵਜੇ ਐਰੀਜ਼ੋਨਾ ਟਾਈਮ ਐਂਡ ਪੀਪਲ ਫਰਮ ਇੰਡੀਆ ਪੀਪਲ ਫਰਮ ਮਲੇਸ਼ੀਆ ਪੀਪਲ ਫਰਮ ਫਿਲੀਪੀਨਸ ਫਰਮ ਕੈਨੇਡਾ ਅਮਰੀਕਾ ਇਜ਼ ਪੋਟੋ ਰੀਕੋ ਆਲਸੋ ਕੋਸਟੋ ਰੀਕਾ ਇਥੋਂ ਸਾਡੇ ਨਾਲ ਬੰਦੇ ਸਾਰੇ ਜੁਆਇਨ ਕਰਦੇ ਆ ਤੇ ਉਹਦਾ ਮੇਨ ਪਰਪਸ ਇਹ ਹੈ ਕਿ ਵੀ ਇਨਵਾਈਟ ਸਮਬਡੀ ਹੂ ਸਪੈਸ਼ਲਾਈਜ਼ਸ ਇਨ ਸਰਟਨ ਪਾਰਟ ਆਫ ਸਿੱਖ ਵਿਚ ਆਰ ਔਰ ਸਿੱਖ ਹਿਸਟਰੀ ਜਿਹੜੀ ਆ ਕਈ ਗੱਲਾਂ ਨਾ ਆਪਾਂ ਨਹੀਂ ਕਰਦੇ ਦੇਖੋ ਫਾਰ ਇਗਜ਼ਾਮਪਲ ਮੈਨੀ ਪੀਪਲ ਡੋਨਟ ਨੋ ਹੂ ਵਾਸ ਜ਼ਿੰਦਾ ਸ਼ਹੀਦ ਤਖਤ ਸਿੰਘ ਪੀਪਲ ਡੋਨਟ ਟਾਕ ਮਚ ਬਾਊਟ ਭਾਈ ਕਾਨ ਸਿੰਘ ਪੀਪਲ ਡੋਨਟ ਟਾਕ ਅਬਾਊਟ ਭਾਈ ਸਾਈਬ ਸਿੰਘ ਤੇ ਅਸੀਂ ਫਿਰ ਇਹਨਾਂ ਬਾਰੇ ਜਿਹੜੇ ਘੱਟ ਗੱਲਾਂ ਹੁੰਦੀਆਂ ਪਰ ਜਿਨ੍ਹਾਂ ਦੀ ਕੰਟਰੀਬਿਊਸ਼ਨ ਬਹੁਤ ਹੈ ਉਹਦਾ ਸਪੈਸ਼ਲਿਸਟ ਬੰਦਾ ਜਿਹਨੇ ਉੱਤੇ ਦੇ ਕੰਮ ਕੀਤਾ ਹੁੰਦਾ ਉਹਨੂੰ ਬੁਲਾ ਕੇ ਉਹਦਾ ਘੰਟਾ ਪੌਣੇ ਘੰਟੇ ਦਾ ਲੈਕਚਰ ਹੁੰਦਾ ਹੈ ਉਦੋਂ ਬਾਅਦ ਫਿਰ ਅਸੀਂ ਕੁਐਸਚਨ ਸੈਸ਼ਨ ਕਰਦੇ ਆਂ ਤੇ ਜਿਸ ਕਿਸੇ ਨੇ ਵੀ ਜੁਆਇਨ ਕਰਨਾ ਹੋਵੇ ਇਟਸ ਵੈਰੀ ਈਜ਼ੀ ਇਫ ਆਈ ਹਵ ਦਾ ਫੋਨ ਨੰਬਰ ਆਈ ਕੈਨ ਆਲਵੇਸ ਪੁਟ ਦਾ ਲਿੰਕ ਐਂਡ ਦੇ ਕੈਨ ਜੁਆਇਨ ਅਸ ਓਨ ਜ਼ੂਮ ਵਨਸੇ ਵੀਕ ਟਿਊਜ਼ਡੇ ਕੱਪੇ ਪੰਜ ਡਾਕਟਰ ਸਾਹਿਬ ਧਰਨਾ ਕਰ ਲਾਂ ਕਰਦੇ ਕਰਦੇ ਟਾਈਮ ਦਾ ਪਤਾ ਹੀ ਨਹੀਂ ਚਲਿਆ ਪਰ ਜਾਂਦੇ ਜਾਂਦੇ ਅਸੀਂ ਤੁਹਾਡੇ ਤੋਂ ਇੱਕ ਹੋਰ ਗੱਲ ਪੁੱਛਣਾ ਜਾਂਦੇ ਆਂ ਕਿ ਅੱਜ ਫਿਰ ਰੋਇਆ ਮੇਰਾ ਪੰਜਾਬ ਪੰਜਾਬ ਨਹੀਂ ਪੂਰਾ ਭਾਰਤ ਰੋਇਆ ਕਿਸਾਨਾਂ ਦੇ ਬਾਰੇ ਉਹਨਾਂ ਨੂੰ ਕੁਝ ਤੁਸੀਂ ਸਨੇਹਾ ਦੇਣਾ ਚਾਹੁੰਦੇ ਹੋ ਗਵਰਨਮੈਂਟ ਨੂੰ ਕੁਝ ਨਿਹਿਆ ਦੇਣਾ ਚਾਹੁੰਦੇ ਹੋ ਕਿ ਇਹਨਾਂ ਦਾ ਹੱਲ ਕੀਤਾ ਜਾਏ ਕਿੰਨੇ ਕਿੰਨੇ ਸਮੇਂ ਤੋਂ ਉਹ ਲੋਕ ਬਾਰ ਬੈਠੇ ਨੇ ਤੇ ਇਹਦੇ ਲਈ ਸਾਡੇ ਦਰਸ਼ਕਾਂ ਨੂੰ ਕੁਝ ਕਹਿਣਾ ਚਾਹੋਗੇ ਤੁਸੀਂ ਇਹ ਬੜੀ ਪੇਨਫੁਲ ਸਿਚੁਏਸ਼ਨ ਹੈ ਭੈਣ ਜੀ ਸਾਨੂੰ ਗੱਲ ਇਹ ਨਹੀਂ ਸਮਝਣੀ ਚਾਹੀਦੀ ਹੈ ਕਿ ਇਹ ਦਿਸ ਇਜ਼ ਨਾਟ ਅ ਫਾਰਮਰਸ ਪ੍ਰੋਟੈਸਟ ਇਹ ਇੱਕ ਇਨਸਾਨ ਦਾ ਜਿਹੜਾ ਜਿੰਦਾ ਹੈ ਤੇ ਜਿਹਨੂੰ ਖਾਣ ਵਾਸਤੇ ਲੋੜ ਹੈ ਵਿੱਚ ਆਬਵੀਅਸਲੀ ਐਵਰੀਬਾਡੀ ਨੀਡਸ ਇਹ ਉਹਦਾ ਪ੍ਰੋਟੈਸਟ ਹੈ ਕਿਉਂਕਿ ਜੇਕਰ ਆਪਾਂ ਇੱਕ ਕਿਸਾਨ ਦੀ ਰੋਟੀ ਮਾਰਨ ਦੀ ਕੋਸ਼ਿਸ਼ ਕਰਾਂਗੇ ਜਾਂ ਉਹਨੂੰ ਪੂਰਾ ਉਹਦੀ ਮਿਹਨਤ ਦਾ ਉਹਦੇ ਖਰਚੇ ਦਾ ਹਿਸਾਬ ਪੂਰਾ ਨਹੀਂ ਕਰਾਂਗੇ ਤਾਂ ਉਹ ਵਿਚਾਰਾ ਸੁਸਾਈਡ ਕਰੇਗਾ ਜਿਹੜੀ ਕਿ ਐਗਜ਼ਾਮਪਲ ਸਾਡੇ ਸਾਹਮਣੇ ਹੈ ਉਹਨੇ ਆਪਣੇ ਬੱਚੇ ਪਾਲਨੇ ਨੇ ਉਹਨੇ ਵੀ ਆਪਣੇ ਪਰਿਵਾਰ ਦੇ ਘੇਰ ਕਰਨੀ ਹੈ ਇਟਸ ਅ ਗ੍ਰੇਵ ਇਨਜਸਟਿਸ ਟੂ ਏਵਰੀ ਇੰਡੀਵਿਜੂਅਲ ਹੂ ਇਸ ਐਗਜ਼ਿਸਟਿੰਗ ਔਨ ਥਿਸ ਅਰਥ ਕਿ ਮੈਂ ਬੜੇ ਸਟਰੋਂਗ ਵਰਡਾਂ ਚ ਇਹ ਕਹਿਣਾ ਚਾਹੁੰਦਾ ਭੈਣ ਜੀ ਕਿ ਉਹਨਾਂ ਦੀ ਗੱਲ ਸੁਣਨੀ ਚਾਹੀਦੀ ਹੈ ਜਿਹੜੀ ਵੀ ਅਥਾਰਟੀ ਹੈਗੀ ਉਹਨਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਤੁਸੀਂ ਕਿਸੇ ਤੇ ਜ਼ਬਰਦਸਤੀ ਕੋਈ ਵੀ ਕਾਨੂੰਨ ਫੇਸ ਨਹੀਂ ਸਕਦੇ ਛੋਟੇ ਕਿਸਾਨਾਂ ਨੂੰ ਇਹ ਬਹੁਤ ਹਾਰਮਫੁਲ ਹੈ ਜੇ ਉਹਨਾਂ ਨੂੰ ਮਿਨੀਮਮ ਵੇਜੇਸ ਨਹੀਂ ਦਿਆਂਗੇ ਤੇ ਉਹ ਵਿਚਾਰੇ ਆਪਣਾ ਖਰਚਾ ਪੂਰਾ ਨਹੀਂ ਕਰ ਸਕਦੇ ਇਟ ਇਜ਼ ਸੋ ਆਬਵੀਅਸ ਇੱਕ ਛੋਟੀ ਜਿਹੀ ਬਿਨਾ ਮਤਲਬ ਦੇ ਇਸ ਗੱਲ 'ਚ ਬੈਠ ਜਾਣਾ ਜ਼ਿੱਦ 'ਚ ਬੈਠ ਜਾਣਾ ਕਿ ਅਸੀਂ ਰੀਪੀਲ ਨਹੀਂ ਕਰਾਂਗੇ ਆਈ ਡੋਨਟ ਥਿੰਕ ਥਿਸ ਇਜ਼ ਅ ਗੁੱਡ ਪਾਲਿਸੀ ਇਟ ਇਜ਼ ਅਲਟੀਮੇਟਲੀ ਗੋਇੰਗ ਟੂ ਅਫੈਕਟ ਦੀ ਪਾਵਰ ਥੈਟ ਬੀ ਤੇ ਇਹ ਉਹਨਾਂ ਦੇ ਵੀ ਭਲਾਈ ਦੀ ਗੱਲ ਹੈ ਕਿ ਉਹ ਇਸ ਗੱਲ ਨੂੰ ਮੰਨ ਜਾਣ ਤੇ ਮੇਰੀ 100% ਸਿੰਪਥੀ ਹੈ ਭੈਣ ਜੀ ਫਾਰਮਰਸ ਨਾਲ ਈਵਨ ਇਫ ਆਈ ऍम ਨਾਟ ਅ ਫਾਰਮਰ ਬੈਕਗਰਾਉਂਡ ਆਫ ਕੌਰਸ ਮਾਈ ਫਾਦਰ ਯੂਜ਼ ਟੂ ਹੈਵ ਲੈਂਡ Uh, before he move to this country uh, move to uh, india from pakistan par e har ik bande da farz banta hai ke aap aun de support kariye te i am glad ke tusi keha mainu te i am very happy and very strongly uh, suggest ke government nu e gal sunni leni chahidi hai dr saab jaspan jatti de naal judan da toha apna time sanu den da थोड़ा असी बहुत ते दिलों तो धन्यवाद करते हैं जोड़ा कोई बंदा अपना टाइम देता है अजकल दे माहौल अपना सारा कुछ ही देता है इसलिए असं दिलों शुक्रिया करते हैं थोड़ा और आप सब भी टॉक टाइम के अगर कोई भी सज्जन सा जुड़ना चाहते हैं तोू ए मंजू एड ब्रॉडकास्टिंग कर सकते हो या थले लिखे नंबर के उत्ते मेल कर सकते हो और डॉक्टर साहब हूँ विदा लैन का टाइम आ गया थोड़े तो विदा लैन्द ਸ਼ੁਕਰੀਆ ਤੁਹਾਡੇ ਟਾਈਮ ਦਾ ਔਰ ਤੁਹਾਡੇ ਤੋਂ ਵੀ ਵਿਦਾ ਲੈਣ ਦਾ ਟਾਈਮ ਆ ਗਿਆ ਸਤਿ ਸ੍ਰੀ ਅਕਾਲ ਆਦਾਬ ਸਤਿ ਸ੍ਰੀ ਅਕਾਲ ਫਿਰ ਮਿਲਾਂਗੇ ਕੱਲ ਮਿਲਦੇ ਆ ਟਾਕ ਟਾਈਮ ਦੇ ਵਿੱਚ